ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਕੇਂਦਰ ਸਰਕਾਰ ਨੇ ਪੈਨਸ਼ਨ ਬਿੱਲ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਹੈ 8 ਸਾਲਾਂ ਵਿੱਚ ਪਾਸ ਹੋਇਆ ਇਹ ਬਿੱਲ ਸਮਾਜਿਕ ਸੁਰੱਖਿਆ ਵਿੱਚ ਵਾਧਾ ਕਰਨ ਦਾ ਦਾਵਾ ਕਰਦਾ ਹੈ ਇਸ ਬਿੱਲ ਤਹਿਤ ਪੈਨਸ਼ਨ ਫੰਡ بنائے ਜਾਣਗੇ ਉਹਨਾਂ ਦੀ ਬਿਉਤਬੰਦੀ ਕੀਤੀ ਜਾਏਗੀ ਪੈਨਸ਼ਨ ਫੰਡ ਵਿੱਚ 26% ਦੀ ਵਿਦੇਸ਼ੀ ਨਿਵੇਸ਼ ਹੋ ਸਕੇਗਾ ਆਪ ਕਮਾਓ ਅਤੇ ਕਮਾ ਕੇ ਪੈਨਸ਼ਨ ਲਈ ਬਚਾਓ ਦੇ ਨਾਮ ਤਹਿਤ ਇਹ ਬਿੱਲ ਬਣਾਇਆ ਗਿਆ ਹੈ ਇਸ ਦੇ ਘੇਰੇ ਵਿੱਚ ਕੌਣ ਆਏਗਾ ਅਤੇ ਇਸ ਦਾ ਕਿਸ ਨੂੰ ਕਿੰਨਾ ਫਾਇਦਾ ਹੋਏਗਾ ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਖਰੀ اجلاس ਵਿੱਚ ਕਈ ਅਹਿਮ ਕਾਨੂੰਨ ਪਾਸ ਕੀਤੇ ਨੇ 2005 ਤੋਂ ਲਟਕਦਾ ਆਰਿਆ ਪੈਨਸ਼ਨ ਬਿੱਲ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ ਇਸ ਦਾ ਨਾਮ ਦਿ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਬਿੱਲ 2011 ਹੈ ਵਿੱਤ ਮੰਤਰੀ ਪੀਚ ਦਮਰਮ ਨੇ ਸਾਫ ਕੀਤਾ ਹੈ ਕਿ ਇਸ ਬਿੱਲ ਦਾ ਮਤਲਬ ਹੈ ਕਿ ਆਪਣੀ ਕਮਾਈ ਵਿੱਚੋਂ ਬਚਤ ਕਰਕੇ ਪੈਨਸ਼ਨ ਲਵੋ ਇਸ ਬਿੱਲ ਦੇ ਕੇਰੇ ਵਿੱਚ ਨਿਊ ਪੈਨਸ਼ਨ ਸਿਸਟਮ ਵਾਲਾ ਸਾਰਾ ਤਬਕਾ ਸ਼ਾਮਲ ਹੋਏਗਾ ਜਿਸ ਨੂੰ ਹੁਣ ਨੈਸ਼ਨਲ ਪੈਨਸ਼ਨ ਸਕੀਮ ਕਿਹਾ ਜਾਏਗਾ ਸਰਕਾਰੀ ਮੁਲਾਜ਼ਮਾ ਤੋਂ ਲੈ ਕੇ ਨਿੱਜੀ ਖੇਤਰ ਦੇ ਕੱਚੇ ਪੱਕੇ ਅਤੇ ਆਰਜੀ ਕਰਮੇ ਇਨ੍ਹਾਂ ਯੋਜਨਾਵਾਂ ਦੇ ਕੇਰੇ ਵਿੱਚ ਆਉਣਗੇ ਐਨ ਪੀ ਐਸ ਨੂੰ 1 ਜਨਵਰੀ 2004 ਤੋਂ ਸਾਰੇ ਕੇਂਦਰ ਸਰਕਾਰ ਦੇ ਮੁਲਾਜ਼ਮਾ ਲਈ ਲਾਗੂ ਕੀਤਾ ਗਿਆ ਸੀ ਪਛ ਸੁਰੱਖਿਆ ਬਲਾਂ ਨੂੰ ਇਸ ਦੇ ਕੇਰੇ ਵਿੱਚ ਬਾਹਰ ਰੱਖਿਆ ਗਿਆ ਸੀ ਸੁਰੱਖਿਆ ਬਲਾਂ ਦੇ ਮਾਮਲੇ ਵਿੱਚ ਸਰਕਾਰੀ ਪੈਨਸ਼ਨ ਬੰਦੋਬਸਤ ਪਹਿਲਾਂ ਦੀ ਤਰ੍ਹਾਂ ਕਾਇਮ ਰੱਖਿਆ ਗਿਆ ਸੀ ਹੁਣ ਐਨਪੀਐਸ ਦੇ ਕੇਰੇ ਵਿੱਚ 26 ਸੂਬਾ ਸਰਕਾਰਾਂ ਦੇ ਮੁਲਾਜ਼ਮ ਆ ਗਏ ਨੇ ਅਤੇ ਕੋਈ ਵੀ ਸ਼ਹਿਰੀ ਆਪ ਆਪਣੀ ਮਰਜ਼ੀ ਨਾਲ ਇਸ ਦੇ ਕੇਰੇ ਵਿੱਚ ਆ ਸਕਦਾ ਹੈ ਹੁਣ ਨਵੇਂ ਬਿਲ ਤਹਿਤ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਬਣਾਈ ਜਾਏਗੀ ਜੋ ਕਿ ਸਟੈਚੂਟਰੀ ਅਥਾਰਟੀ ਹੋਵੇਗੀ ਜਦਕੀ ਪਹਿਲਾਂ ਐਨਪੀਐਸ ਅਨਸਟੈਚੂਟਰੀ ਅਥਾਰਟੀ ਸੀ ਹੌਣ ਤੱਕ ਦਾ ਤਜਰਬਾ ਦੱਸਦਾ ਹੈ ਕਿ ਪੈਨਸ਼ਨ ਯੋਜਨਾ ਦਾ ਘੇਰਾ ਸਰਕਾਰੀ ਮੁਲਾਜ਼ਮਾਂ ਤੱਕ ਮਹਦੂਦ ਰਿਹਾ ਹੈ। ਦਰਅਸਲ ਸਰਕਾਰੀ ਮੁਲਾਜ਼ਮਾ ਲਈ ਤਾਂ ਇਹ ਯੋਜਨਾਵਾਂ ਜ਼ਰੂਰੀ ਨੇ ਅਤੇ ਉਪਰੋਂ ਇਹ ਆਮਦਨ ਟੈਕਸ ਬਚਾਉਣ ਦਾ ਜਰੀਆ ਵੀ ਬਣਦੀਆਂ ਨੇ। ਕੁੱਲ ਕਾਮਕਾਜੀ ਆਬਾਦੀ ਦਾ 88% ਹਿੱਸਾ ਇਸ ਦੇ ਘੇਰੇ ਤੋਂ ਬਾਹਰ ਹੈ। ਹੁਣ ਸਵਾਲ ਇਹ ਹੈ ਕਿ ਕੀ ਸਰਕਾਰ ਇਸ ਬਿੱਲ ਰਾਹੀਂ ਸਮਾਜਿਕ ਸੁਰੱਖਿਆ ਯਕੀਨੀ ਬਣਾ ਰਹੀ ਹੈ ਜਾਂ ਸਮਾਜਿਕ ਸੁਰੱਖਿਆ ਤੋਂ ਕੰਨੇ ਖਿਸਕਾ ਕੇ ਨਿੱਜੀ ਕਾਰੋਬਾਰੀਆਂ ਨੂੰ ਇਸ ਖੇਤਰ ਵਿੱਚ ਲਿਆ ਰਹੀ ਹੈ? ਸਭ ਲੋਕ ਕਮਕਾਜ ਦੀ ਉਮਰੇ ਕੰਮ ਕਰਦੇ ਨੇ 30-35 ਸਾਲ ਕੰਮ ਕਰਨ ਤੋਂ ਬਾਅਦ ਤਵਕਕੂ ਕੀਤੀ ਜਾਂਦੀ ਹੈ ਕਿ ਹੁਣ ਤੁਹਾਡੇ ਖਾਣ ਪੀਣ ਰਿਹਾਇਸ਼ ਅਤੇ ਦਵਾ-दारू ਦਾ ਕੋਈ ਬੰਦੋਬਸਤ ਹੋਵੇ ਇਹ ਸਮਾਜਿਕ ਸੁਰੱਖਿਆ ਦਾ ਅਹਿਮ ਪੱਖ ਹੈ ਨਵੇਂ ਪੈਨਸ਼ਨ ਬਿੱਲ ਬਾਰੇ ਸੇਵਾਮੁਕਤ ਹੋ ਚੁੱਕੀ ਆਬਾਦੀ ਕੀ ਸੋਚਦੀ ਹੈ ਪੈਨਸ਼ਨ ਦੀ ਮੰਗ ਕਰ ਰਿਹਾ ਤਬਕਾ ਕੀ ਸੋਚਦਾ ਹੈ ਅਤੇ ਪ੍ਰਾਈਵੇਟ ਖੇਤਰ ਵਿੱਚ ਕੰਮ ਕਰ ਰਿਹਾ ਨੌਜਵਾਨ ਤਬਕਾ ਕੀ ਸੋਚਦਾ ਹੈ ਦਿਹਾੜੀਦਾਰ ਤਬਕਾ ਕੀ ਸੋਚਦਾ ਹੈ ਇਨਾ ਸਾਰੇ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਸੁਰਨਜੀਤ ਕੌਰ ਮਹਿਤਾ ਜੋ ਸਮਾਜ ਸ਼ਾਸਤਰੀ ਨੇ ਤੇ ਸੇਵਾਮੁਕਤ ਹੋ ਚੁੱਕੇ ਨੇ ਮੁਹੰਮਦ ਖਾਲਿਦ ਜੋ ਰਾਜਨੀਤੀ ਸ਼ਾਸਤਰੀ ਨੇ ਜਸਦੀਪ ਸਿੰਘ ਜੋ ਸੌਫਟਵੇਅਰ ਇੰਜੀਨੀਅਰ ਨੇ ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ ਮੈਂ ਜਿਹੜਾ ਇਹ ਬਿੱਲ ਹੁਣ ਆਇਆ ਜਦੋਂ ਕਿ ਤੁਹਾਨੂੰ ਸੇਵਾਮੁਕਤ ਹੋਇਆ ਤਕਰੀਬਨ 10 ਸਾਲ ਹੋ ਗਏ ਉਸ ਵੇਲੇ ਵੀ ਇਹ ਮੁੱਦਾ ਸੀਗਾ ਕਿ ਸਮਾਜਿਕ ਸੁਰੱਖਿਆ ਦੇ ਲਈ ਪੈਨਸ਼ਨ ਬਹੁਤ ਜ਼ਰੂਰੀ ਹੈ ਹੁਣ ਵੀ ਹੈ ਤੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਐਕਚੁਅਲੀ ਸ਼ੁਰੂ ਵਿੱਚ ਜਦੋਂ ਅਸੀਂ ਮੈਂ ਅਸੀਂ ਵੀ ਰਿਟਾਇਰ ਹੋਏ ਆ ਪੈਨਸ਼ਨ ਯੂਨੀਵਰਸਿਟੀ ਵਿੱਚ ਨਹੀਂ ਸੀ ਜੀ ਲੇਕਿਨ ਜਦੋਂ ਪੈਨਸ਼ਨ ਲਾਗੂ ਹੋ ਗਈ ਇਹ ਗੱਲ ਤੇ ਪੱਕੀ ਹੈ ਕਿ ਪੈਨਸ਼ਨ ਦੇ ਨਾਲ ਇੱਕ ਸਾਡੇ ਵਿਖ ਵਿੱਚ ਖਰਚਾ ਜਿਹੜਾ ਹੈ ਕਰ ਸਕਣਾ ਉਹ ਸਾਡੇ ਲਈ ਪੋਸੀਬਲ ਹੈ ਸਾਨੂੰ ਹੁਣ ਫਿਕਰ ਕਰਨ ਦੀ ਲੋੜ ਨਹੀਂ ਜੀ ਪੈਨਸ਼ਨ ਉਸ ਗੱਲ ਨੂੰ ਤੇ ਸੁਰੱਖਿਆ ਕਰਦੀ ਕਰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਰਟਿਕੁਲਰਲੀ ਜਦੋਂ ਪੈਨਸ਼ਨ ਤੁਹਾਡੀ ਦੀਏ ਦੇ ਨਾਲ ਵੀ ਦੀਏ ਜਦੋਂ ਵੀ ਇਨਕਰੀਸ ਹੁੰਦਾ ਤਾਂ ਤੁਹਾਡੀ ਵੀ ਇਨਕਰੀਸ ਹੁੰਦੀ ਹੈ ਉਸ ਹਿਸਾਬ ਨਾਲ ਪੈਨਸ਼ਨ ਵੱਧਦੀ ਜਾਂਦੀ ਹੈ ਜੀ ਸੋ ਜਿੱਥੋਂ ਤੱਕ ਸੁਰੱਖਿਆ ਦਾ ਮਾਮਲਾ ਹੈ ਉਹ ਤੇ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਲੋਕੀ ਲੱਗੇ ਹੋਏ ਸਨ ਆਲਰੇਡੀ ਜਿਨ੍ਹਾਂ ਜਿਹੜੇ ਪੈਨਸ਼ਨ ਨਾਲ ਕਵਰ ਹੁੰਦੇ ਨੇ ਜੀ ਉਹ ਇਸ ਵਿੱਚ ਉਹਨਾਂ ਦੇ ਇਸ ਬਿਲ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਐਕਸੈਪਟ ਕਿ ਮੈਨੂੰ ਲੱਗਦਾ ਕਿ ਜਿਵੇਂ ਪਹਿਲਾਂ ਪੈਨਸ਼ਨ ਅਸ਼ੋਰਡ ਹਾਂ ਸੀ ਉਹਦੀ ਬਈ ਤੁਸੀਂ ਕੰਟਰੀਬਿਊਟ ਕਰੋ ਤੇ ਰਿਟਰਨ ਤੁਹਾਨੂੰ ਇੰਨੀ ਇੰਨੀ ਮਿਲ ਨਹੀਂ ਮਿਲਨੀ ਹੈ ਨਵੇਂ ਬਿੱਲ ਵਿੱਚ ਕੁਝ ਸਰਟਨ ਚੀਜ਼ਾਂ ਨੇ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਪਬਲਿਕ ਡੋਮੇਨ ਵਿੱਚ ਸ਼ਾਇਦ ਹਾਲੇ ਖੁੱਲੇ ਤਾਰ ਦੇ ਨਹੀਂ ਆਈਆਂ ਉਹਦੇ ਬਾਰੇ ਨਹੀਂ ਪਤਾ ਲੱਗਿਆ ਇੱਕ ਤੇ ਮੁੱਦਾ ਇਹ ਹੈ ਕਿ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਕੰਟਰੀਬਿਊਟ ਕਰਨਗੇ ਪ੍ਰੋਵੀਡੈਂਟ ਫੰਡ ਲੋਕੀ ਕਰਨਗੇ ਇਸ ਪੈਨਸ਼ਨ ਸਕੀਮ ਥੱਲੇ ਜੀ ਉਸ ਨੂੰ ਇਹ ਸਟਾਕ ਮਾਰਕੀਟ ਵਿੱਚ ਲਗਾਉਣ ਦੇ ਲਈ ਇਹ ਇਹਨਾਂ ਨੂੰ ਖੁੱਲੀ ਛੁੱਟੀ ਹੈ ਜੀ ਅਚਾ ਮੈਨੂੰ ਲੱਗਦਾ ਹੈ ਕਿ ਸਟਾਕ ਮਾਰਕੀਟ ਵਿੱਚ ਪੈਸਾ ਲਗਾਇਆ ਹੋਇਆ ਸਟਾਕ ਮਾਰਕੀਟ ਜਿਵੇਂ ਸਾਨੂੰ ਸਭ ਨੂੰ ਪਤਾ ਇਨੀ ਵੋਲੇਟਾਈਲ ਚੀਜ਼ ਹੈ ਜੀ ਠੀਕ ਹੈ ਤਾਂ-ਤਾਂ ਠਾਂਏ ਹੁੰਦੀ ਰਹਿੰਦੀ ਹੈ ਤੇ ਉਸ ਮਾਰਕੀਟ ਦੇ ਵਿੱਚ ਪੈਸਾ ਜਿਹੜਾ ਪੈਨਸ਼ਨ ਵਾਲਿਆਂ ਨੇ ਕੰਟ੍ਰਿਬਿਊਟ ਕੀਤਾ ਉਹਨੂੰ ਸੁਟਣਾ ਤੇ ਜਿਹੜੇ ਡਿਵੈਲਪਡ ਕੰਟਰੀਜ਼ ਦੇ ਵਿੱਚ ਜਿੱਥੇ ਜਿੱਥੋਂ ਇਹ ਪੈਟਰਨ ਇਹਨਾਂ ਨੇ ਲਿਆ ਹੈ ਉੱਥੇ ਹੈ ਕਿ ਇਟ ਇਜ਼ ਸਟਾਕ ਮਾਰਕੀਟ ਐਨੀ ਉੱਤੇ ਤੇ ਵੋਲਟਾਈਲ ਨਹੀਂ ਹੈ ਡਿਵੈਲਪਡ ਇਕਨੋਮੀਆਂ ਦੇ ਵਿੱਚ ਐਨੇ ਉਤਾਰ ਚੜਾ ਨਹੀਂ ਹੁੰਦੇ ਤੇ ਲੋਕਾਂ ਨੂੰ ਸ਼ੋਰਟੀ ਹੁੰਦੀ ਹੈ ਵੀ ਉਹਨਾਂ ਨੂੰ ਪੈਨਸ਼ਨ ਜਿੰਨੀ ਫਿਕਸ ਹੋਈ ਉਹ ਮਿਲੇਗੀ ਮਿਲੇਗੀ ਜੀ ਇਹ ਸਾਡੇ ਬਿੱਲ ਦੇ ਵਿੱਚ ਜਿਹੜੀ ਇਹ ਕਲੋਜ਼ ਹੈ ਪਾਰਟਿਕੁਲਰਲੀ ਸਾਡੀ ਮਾਰਕੀਟ ਕਿਉਂਕਿ ਬਹੁਤ ਅਨਸਰਟਨਟੀ ਦੇ ਟਰੈਂਡਸ ਹੁੰਦੇ ਨੇ ਮੈਨੂੰ ਲੱਗਦਾ ਉਹਦੇ ਵਿੱਚ ਜਿਹੜੀ ਪੈਨਸ਼ਨ ਫਿਕਸ ਕਰਨਗੇ ਤੇ ਕਿਉਂਕਿ শেয়ার ਥੱਲੇ ਚਲੇ ਗਏ ਮਾਰਕੀਟ ਥੱਲੇ ਚਲੀ ਗਈ ਹੈ ਤੁਹਾਨੂੰ ਜੀ ਐਤਕੀ ਦੀ ਪੈਨਸ਼ਨ ਤੁਹਾਨੂੰ ਅਸੀਂ ਇੰਨੀ ਹੀ ਦੇ ਸਕਦੇ ਹਾਂ ਉਸ ਤੋਂ ਬਾਅਦ ਨਹੀਂ ਦੇ ਸਕਦੇ ਤੇ ਕਾਫੀ ਅਨਸਰਟੀਨਟੀ ਜਿਹੜੀ ਹੈ ਮਤਲਬ ਇਹਦੇ ਵਿੱਚ ਇਹ ਹੋ ਸਕਦਾ ਹੈ ਕਿ ਵੀ ਜਿਸ ਮਹੀਨੇ ਤੁਹਾਨੂੰ ਪੈਨਸ਼ਨ ਮਿਲਣੀ ਹੋਵੇ ਉਸੇ ਮਹੀਨੇ ਪੈਨਸ਼ਨ ਕੱਟ ਕਰਨ ਮੇ ਤੁਸੀਂ ਬਿਮਾਰ ਵੀ ਹੋ ਜਾਓ ਤੇ ਖਰਚਾ ਵੀ ਵਾਜ ਜਾਵੇ ਹਾਂ ਖਰਚਾ ਵਾਜ ਜਾਵੇ ਜਿਹੜੀ ਪਹਿਲਾਂ ਇਹ ਕਹੇ ਸੀਗਾ ਕਿ ਤੁਹਾਨੂੰ ਬੰਨੀ ਤਨਖਾਹ ਵਾਂਗ ਪੈਨਸ਼ਨ ਮਿਲੇਗੀ ਉਹ ਤਾਂ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ 2003 ਦੇ ਵਿੱਚ NPS ਲਾਗੂ ਕੀਤਾ ਗਿਆ ਸੀ ਉਦੋਂ ਉਹਨੂੰ ਨਿਊ ਪੈਨਸ਼ਨ ਸਕੀਮ ਕਿਹਾ ਗਿਆ ਤੇ ਹੁਣ ਉਹਨੂੰ ਨੈਸ਼ਨਲ ਪੈਨਸ਼ਨ ਸਕੀਮ ਕਿਹਾ ਗਿਆ ਅ ਪ੍ਰੋਫੈਸਰ ਖਾਲੇ ਤੁਸੀਂ ਤੁਹਾਡੀ ਪੂਟਾ ਤੁਹਾਡੇ ਜਥੇਬੰਦੀ ਲਗਾਤਾਰ ਇਹਦੇ ਲਈ ਗੱਲ ਕਰਦੀ ਰਹੀ ਹੈ ਕਿ ਅਧਿਆਪਕਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਹੁਣ ਜਦੋਂ ਇਹ ਆਇਆ ਤੇ ਤੁਹਾਡਾ ਮਸਲਾ ਹੱਲ ਹੋਇਆ ਦੇਖੋ ਇਹਦਾ ਹੈ ਕਿ 1 ਜਨਵਰੀ 2004 ਤੋਂ ਬਾਅਦ ਜਿਹੜਾ ਵੀ EMPLOYEES ਸਰਵਿਸ ਦੇ ਵਿੱਚ ਆਇਆ ਜੀ ਉਹਨੂੰ ਪੈਨਸ਼ਨ ਨਹੀਂ ਮਿਲਣੀ ਜਿਹੜੀ ਕਿ 올ਡ ਪੈਨਸ਼ਨ ਕਿ ਜਿਹੜੀ ਪਹਿਲਾਂ ਵਾਲੀ ਪੈਨਸ਼ਨ ਸੀਗੀ ਜਿਸ ਵੇਲੇ ਸੈਂਟਰ ਗਵਰਨਮੈਂਟ ਨੇ ਨਵੀਂ ਪੈਨਸ਼ਨ ਸਕੀਮ ਇਹਦੇ ਵਿੱਚੋਂ ਜਿਹੜੇ ਸੁਰੱਖਿਆ ਬਲ ਨੇ ਜਿਵੇਂ ਆਰਮੀ ਆ ਤੇ ਜੀ ਬੀਐਸਐਫ ਆ ਪੈਰਾਮਿਲਟਰੀ ਆ ਉਹ ਇਹ ਤੋਂ ਬਾਹਰ ਨੇ ਉਹਨਾਂ ਨੂੰ ਪਹਿਲਾਂ ਵਾਂਗ ਹੀ ਮਿਲਦੀ ਆ ਜਿਹਨਾਂ ਨੂੰ ਪਹਿਲਾਂ ਮਿਲਦਾ ਉਹਨਾਂ ਨੂੰ ਅੱਜ ਵੀ ਮਿਲਦੀ ਆ ਮੈਂ ਮੈਂ ਇਨ ਜਨਰਲ ਜਿਹੜੀ ਸੈਂਟਰ ਗਵਰਨਮੈਂਟ ਦੇ EMPLOYEES ਦੀ ਗੱਲ ਕਰ ਰਿਹਾ ਆ ਉਹ ਜਿਹੜੇ ਐਕਸੈਪਸ਼ਨਸ ਆ ਉਹ ਇੱਕ ਇੱਕ ਪਾਸੇ ਆ ਠੀਕ ਜਿਸ ਵੇਲੇ ਨਵੀਂ ਪੈਨਸ਼ਨ ਸਕੀਮ ਦਾ ਖਰੜਾ ਸਾਡੇ ਕੋਲ ਆਇਆ ਜੀ ਅਸੀਂ ਯੂਨੀਵਰਸਿਟੀ ਦੇ ਆ ਰੈਗੂਲੇਟਰੀ ਬਾਡੀ ਯੂਨੀਵਰਸਿਟੀ ਨੇ ਕਮੇਟੀ ਕਨਸਟੀਟਿਊਟ ਕੀਤੀ ਕਮੇਟੀ 'ਚ ਮੈਂ ਵੀ ਸੀਗਾ ਅਸੀਂ ਉਹ ਡਿਸਕਸ ਕੀਤਾ ਬੜੀ ਡਿਟੇਲ ਦੇ ਵਿੱਚ ਲੇਕਿਨ ਜਿੰਨੀਆਂ ਵੀ ਜਥੇਬੰਦੀਆਂ ਸੀਗੀਆਂ ਚਾਹੇ ਉਹ ਕਲਾਸ 4 EMPLOYEES ਸੀਗੇ ਚਾਹੇ ਉਹ ਨਾਨ ਟੀਚਿੰਗ EMPLOYEES ਸੀਗੇ ਮੈਂ ਖੁਦ ਸੀਗਾ ਅਸੀਂ ਕਹਿ ਵੀ ਸਾਨੂੰ ਐਕਸੈਪਟੇਬਲ ਨਹੀਂ ਹੈ ਜੀ ਉਹਦੀ ਐਕਸੈਪਟੇਬਿਲਟੀ ਕਿਉਂ ਨਹੀਂ ਹੈ ਉਹਦੀ ਸਭ ਤੋਂ ਵੱਡੀ ਵਜ੍ਹਾ ਉਸ ਵੇਲੇ ਦੇਖੀ ਗਈ ਕਿ ਪੈਨਸ਼ਨ ਸਕੀਮ ਤਾਂ ਨਵੀਂ ਆ ਗਈ ਹੈ ਲੇਕਿਨ ਇਹਦੇ ਵਿੱਚੋਂ ਤੁਸੀਂ ਪੈਸੇ ਵਿਡਰਾਅ ਨਹੀਂ ਕਰ ਸਕਦੇ ਜੀ ਪਰ ਹੁਣ ਜਿਹੜੀ ਉਹ ਮਾਨਾ ਕਰਤਾ ਨਹੀਂ ਉਹ ਹੁਣ ਵੀ ਬੜੀਆਂ ਟਰਮਸ ਐਂਡ ਕੰਡੀਸ਼ਨਸ ਉਹਦੇ ਸ਼ਰਤਾਂ ਲਾਤੀਆਂ ਨੇ ਸ਼ਰਤਾਂ ਬਹੁਤ ਐ ਤੁਸੀਂ ਕਿੰਨੀ ਵਾਰ ਕਰਨਾ ਹੈ ਕਿਹਨਾ ਕੰਡੀਸ਼ਨਸ ਕਰਨਾ ਹੈ ਔਰ ਇੰਨੇ ਪਰਸੈਂਟ ਤੋਂ ਵੱਧ ਨਹੀਂ ਕਰਨਾ ਜੀ ਪਰ ਖਾਲਿਦ ਜਿਵੇਂ ਮੈਂ 1990 ਦੇ ਦਹਾਕੇ ਦੇ ਵਿੱਚ ਸਰਕਾਰੀ ਨੌਕਰੀ ਕੀਤੀ ਹੈ ਉਸ ਵੇਲੇ ਜੀਪੀਐਫ ਕਟਾਇਆ ਜਾਂਦਾ ਸੀ ਜਾਂ ਜਿਹੜੀ ਤੁਸੀਂ ਉਹਦੇ ਵਿੱਚੋਂ ਵਿਡਰੋਅ ਕਰ ਸਕਦੇ ਸੀ ਉਹਦੇ ਤੇ ਸ਼ਰਤਾਂ ਤਾਂ ਪਹਿਲਾਂ ਵੀ ਸੀਗੀਆਂ ਕਿ ਤੁਸੀਂ ਕਿਹੜੇ-ਕਿਹੜੇ ਕੰਮ ਲਈ ਤੇ ਕਿੰਨੀ ਦੇਰ ਮਗਰੋਂ ਪਹਿਲਾਂ ਵਾਪਸ ਕਰਕੇ ਨਵਾਂ ਦੁਬਾਰਾ ਲੈਸਣਾ ਹੈਗਾ ਕਿ ਹੁਣ 25% ਤੋਂ ਵੱਧ ਐਟ ਅ ਟਾਈਮ ਤੁਸੀਂ ਫੋਰ ਐਗਜ਼ਾਮਪਲ ਨਹੀਂ ਕੱਟ ਸਕਦੇ ਜੀ ਜਾਂ ਪਰਟੀਕੂਲਰ ਦਿੱਤਾ ਵੀ ਤੁਸੀਂ ਚਾਰ ਵਾਰ ਤੋਂ ਵੱਧ ਨਹੀਂ ਕੱਟ ਸਕਦੇ ਇਹ 5 ਸਾਲ ਤੋਂ 5 ਵਾਰ ਤੋਂ ਵੱਧ ਨਹੀਂ ਕਢਵਾ ਸਕਦੇ ਪੈਨਸ਼ਨ ਦੇ ਵਿੱਚੋਂ ਪੈਸਾ ਜਿਸ ਵੇਲੇ ਤੁਸੀਂ 60 ਸਾਲ ਦੀ ਉਮਰ ਤੱਕ ਤੁਹਾਡਾ ਜਿਹੜਾ ਪੈਸਾ ਪੈਨਸ਼ਨ ਦੇ ਵਿੱਚ ਉਹ ਸਟਾਕ ਕਰ ਲਿਆ ਗਵਰਨਮੈਂਟ ਨੇ ਉਸ ਤੋਂ ਬਾਅਦ ਜਿਸ ਵੇਲੇ ਰਿਟਾਇਰ ਹੋਣਾ ਹੈ ਉਸ ਵੇਲੇ ਕਹਿੰਦਾ ਤੁਸੀਂ ਇਹਦਾ ਜਿਹੜਾ ਤੁਹਾਡੇ ਕੋਲ ਪੈਸਾ ਹੈ ਦਾ 60% ਤੁਸੀਂ ਲੈ ਸਕਦੇ ਹੋ 40% ਫੇਰ ਵੀ ਸਾਡੇ ਕੋਲ ਰਹੂਗਾ ਉਹਨੂੰ ਤੁਹਾਨੂੰ ਜਿਹੜੀ ਹੈਗੀ ਹੈ ਫਰਦਰ ਇਨਕਮ ਜਨਰੇਟ ਕਰਕੇ ਮਹੀਨੇ ਬਾਅਦ ਤੁਹਾਨੂੰ ਦਿੱਤਾ ਜਾਇਆ ਕਰੇ ਪੂਰੀ ਪੈਨਸ਼ਨ ਦਿੱਤੀ ਜਾਏਗੀ ਪੈਨਸ਼ਨ ਦਿੱਤੀ ਜਾਇਆ ਕਰੇ ਜੀ ਇਹ ਇਸ ਵੇਲੇ ਦੀ ਸਕੀਮ ਹੈ ਲੇਕਿਨ ਮੈਂ ਇਹਦੇ ਵਿੱਚ ਇੱਕ ਚੀਜ਼ ਜਿਹੜੀ ਇਹਦਾ ਮਤਲਬ ਜਿਹੜਾ ਮੂਲ ਰਕਮ ਹੈ ਜਿਹੜੀ ਤੁਹਾਤੋਂ ਲਈ ਗਈ ਹੈ 40 ਫੀਸ ਦੀ ਤੁਹਾਡੀ ਬਚਤ ਦੀ ਉਹ ਉਹਨਾਂ ਕੋਲ ਰਹਿਣੀ ਹੈ ਜਿਹੜਾ ਵੀ ਅਦਾਰਾ 60% ਤੁਸੀਂ ਕਢਵਾ ਸਕਦੇ ਹੋ ਜਿਸ ਵੇਲੇ ਰਿਟਾਇਰਮੈਂਟ ਹੋਣੀ ਹੈ 40% ਫੇਰ ਵੀ ਸਰਕਾਰ ਕੋਲ ਕੀ ਰਹੂਗੀ ਉਹ ਤੋਂ ਇਨਕਮ ਜਨਰੇਟ ਕਰਕੇ ਤੁਹਾਨੂੰ ਮਹੀਨੇ ਬਾਅਦ ਜਿਵੇਂ ਹਰ ਮਹੀਨੇ ਪੈਨਸ਼ਨ ਦਿੱਤੀ ਜਾਏਗੀ ਪਰ ਇਹ ਜੇ ਬੰਦਾ ਬੈਂਕ ਦੇ ਵਿੱਚ ਜਮ੍ਹਾਂ ਕਰਕੇ ਉਹਦਾ ਵਿਆਜ ਲੈਂਦਾ ਰਹੇ ਇਹਦੀਆਂ ਕੈਲਕੂਲੇਸ਼ਨਸ ਕਰਨੀਆਂ ਪੈਣਗੀਆਂ ਸਾਰੀਆਂ ਕਿ ਕੀ ਆ ਬੈਂਕ ਦੇ ਵਿੱਚ ਪੈਸਾ ਜ਼ਿਆਦਾ ਸੇਫ ਰਹੇਗਾ ਜਾਂ ਇੱਥੇ ਜ਼ਿਆਦਾ ਸੇਫ ਰਹੇਗਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਰੈਗੂਲੇਟਰੀ ਅਥਾਰਟੀ ਬਣਾਈ ਹੈ ਜਿਹਨੂੰ ਕਿ ਪ੍ਰੋਵੀਡੈਂਟ ਫੰਡ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਕਿਹਾ ਜਾਂਦਾ ਹੈ ਜੀ ਔਰ ਉਹਦੇ ਅੰਡਰ ਜਿਹੜੀ ਨੈਸ਼ਨਲ ਪੈਨਸ਼ਨ ਸਕੀਮ ਬਣਾਈ ਹੈ ਜਿਹੜੀ ਪਹਿਲਾਂ ਨਿਊ ਪੈਨਸ਼ਨ ਸਕੀਮ ਸੀ ਉਹਨੂੰ ਨੈਸ਼ਨਲ ਪੈਨਸ਼ਨ ਸਕੀਮ ਕਹਿੰਦਾ ਇਹ ਕਿਸ ਤਹ ਤੱਕ ਲਾਗੂ ਹੋ ਚੁਕੇਗੀ ਇਹ ਆਨ ਵਾਲਾ ਸਮਾਂ ਦੱਸੇਗਾ ਹਜੇ ਆਪਾਂ ਨਹੀਂ ਕਹਿ ਸਕਦੇ ਲੇਕਿਨ ਇੰਨੀ ਗੱਲ ਜ਼ਰੂਰ ਮੈਂ ਕਹਾਗਾ ਕਿ ਪੁਰਾਣੀ ਜਿਹੜੀ ਪੈਨਸ਼ਨ ਸਕੀਮ ਸੀਗੀ EMPLOYEES ਉਸੇ ਚੀਜ਼ ਨੂੰ ਜ਼ਿਆਦਾ ਪ੍ਰੀਫਰ ਕਰਦੇ ਆ ਕਿਉਂਕਿ ਪੈਨਸ਼ਨ ਦੇ ਵਿੱਚ ਜਿਹੜਾ ਪ੍ਰੋਵੀਡੈਂਟ ਫੰਡ ਦੇ ਵਿੱਚੋਂ ਪੈਸਾ ਕੱਟਦਾ ਸੀਗਾ ਚਾਹੇ ਉਹ ਜੀਪੀਐਫ ਦਾ ਹੋਵੇ ਜਾਂ ਸੀਪੀਐਫ ਦਾ ਜੀ ਉਹਦੇ ਵਿੱਚੋਂ ਤੁਸੀਂ ਕਿਸੇ ਵੀ ਵੇਲੇ ਵੀ ਪੈਸਾ ਕਢਵਾ ਸਕਦੇ ਸੀ ਤੇ EMPLOYEES ਨੇ ਘਰ ਬਣਾਉਣਾ ਹੈ ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ EMPLOYEE ਕੋਲ ਜਿਹੜੀ ਇੱਕ ਤਰ੍ਹਾਂ ਫੋਰਸਡ ਜਿਹੜੀ ਹੈਗੀ ਹੈ ਸੇਵਿੰਗ ਹੈ ਉਹ ਸੇਵਿੰਗ ਦੇ ਵਿੱਚੋਂ ਤੁਸੀਂ ਕਿਸੇ ਵੀ ਵੇਲੇ ਪੈਸੇ ਕਢਵਾ ਲੰਦੇ ਕਿਸੇ ਵੀ ਵੇਲੇ ਪਾਲੰਦੇ ਉਹ ਹੁਣ ਨਹੀਂ ਰਹੇਗਾ ਤਾਂ ਉਸੇ 60 ਸਾਲ ਦੀ ਉਮਰ ਤੱਕ ਤੁਸੀਂ ਵਿੱਚੋਂ ਪੈਸੇ ਨਹੀਂ ਕਢਵਾ ਸਕਦੇ ਇਹ ਕਢਵਾ ਵੀ ਸਕਦੇ ਹੋ ਤਾਂ ਲਿਮਟਿਡ ਟਾਈਮ ਵਾਸਤੇ ਮਤਲਬ ਪਰਟੀਕੂਲਰ ਟਾਈਮਸ ਵਾਸਤੇ ਦੋ ਜਾਂ ਚਾਰ ਬਾਰ ਜਾਂ ਪਰਟੀਕੂਲਰ ਪਰਪਸ ਵਾਸਤੇ ਕਢਵਾ ਸਕਦੇ ਹੋ ਇਹ EMPLOYEES ਜਿਹੜੇ ਹੈਗੇ ਆ ਇਸ ਦੇ ਉੱਪਰ ਸਹਿਮਤ ਨਹੀਂ ਹਨ ਜੀ ਜਸਦੀਪ ਸਾਡੀ ਜਿਹੜੀ ਆਬਾਦੀ ਹੈ ਉਹਦਾ ਜਿਹੜਾ ਵੱਡਾ ਹਿੱਸਾ ਹੈ ਉਹ ਨਿੱਜੀ ਅਦਾਰਿਆਂ ਦੇ ਵਿੱਚ ਕੰਮ ਕਰਦਾ ਤੁਸੀਂ ਵੀ ਨਿੱਜੀ ਅਦਾਰੇ 'ਚ ਕੰਮ ਕਰਦੇ ਹੋ ਮੈਂ ਵੀ ਨਜੀਦਾਰੇ ਦੇ ਵਿੱਚ ਕੰਮ ਕਰਦਾ ਹੈ ਜਿਹੜਾ ਸਾਡੇ ਵਾਲਾ ਤਬਕਾ ਹੈ ਹਾਂਜੀ ਉਹਨੂੰ ਕੋਈ ਫਾਇਦਾ ਨਫਾ ਨੁਕਸਾਨ ਹੋਏਗਾ ਉਹਦੀ ਇਹਦੇ ਵਿੱਚ ਕੀ ਦਿਲਚਸਪੀ ਹੋਏਗੀ ਉਹਦੀ ਦਿਲਚਸਪੀ ਇਸ ਤਰ੍ਹਾਂ ਦੀ ਨਿੱਜੀ ਕੰਪਨੀਆਂ ਵਿੱਚ ਤਾਂ ਜ਼ਿਆਦਾਤਰ ਪੈਨਸ਼ਨ ਦੀਆਂ ਸਕੀਮਸ ਇਸ ਤਰ੍ਹਾਂ ਕੋਈ ਯੂਨੀਵਰਸਲ ਤਾਂ ਹੈ ਨਹੀਂ ਉਹ ਤਾਂ ਜਿਹੜੇ ਵਰਕਰ ਆ ਉਹਦੇ ਤੇ ਹੀ ਇੰਡੀਪੈਂਡੈਂਟ ਆ ਉਹ ਆਪਦੀ ਨਿੱਜੀ ਤੌਰ ਤੇ ਕਿਤੋਂ ਪੈਨਸ਼ਨ ਸਕੀਮ ਲੈ ਲੈਣ ਕਿਸੇ ਵੀ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਤੋਂ ਲੈ ਲੈਣ ਨਹੀਂ ਤਾਂ ਉਹ ਜੇ ਨਾ ਲੈਣ ਤਾਂ ਨਾ ਲੈਣ ਜੀ ਤਾ ਮੇਰੇ ਖਿਆਲਮ ਤੱਕ ਜੇ ਨਿਊ ਪੈਨਸ਼ਨ ਸਕੀਮ ਅੰਦਰ ਜੇ ਐਮਬਿਟ ਵਿੱਚ ਨਿੱਜੀ ਕੰਪਨੀਆਂ ਵੀ ਆਉਂਦੀਆਂ ਵੀ ਉਹਨਾਂ ਨੂੰ ਵੀ ਇੱਕ ਉਹ ਲੈ ਸਕਦੇ ਨੇ ਇੱਕ ਸਹੂਲਤ ਹੈਗੀ ਆ ਤੇ ਉਹ ਸਰਕਾਰ ਤੇ ਥੋੜਾ ਬਹੁਤ ਉਸ ਹਾਵ ਬਣਾ ਪਰ ਜਿਹੜੀ ਇਹ ਨਿਊ ਪੈਨਸ਼ਨ ਸਕੀਮ ਹੈ ਜਿਵੇਂ ਸਰਕਾਰੀ ਮੁਲਾਜ਼ਮ ਲਈ ਤਾਂ ਇਹ ਜ਼ਰੂਰੀ ਹੁੰਦਾ ਨਾ ਕਿ ਉਹਨੇ ਉਹ ਸਕੀਮ ਲੈਣੀ ਲੈਣੀ ਹੈ ਜਿਵੇਂ ਪਹਿਲਾਂ ਪੈਨਸ਼ਨ ਸੀਗੀ ਜਾਂ ਜੀਪੀਐਫਸੀਓ ਦੇ ਵਿੱਚ ਤੈਅ ਕੀਤਾ ਹੋਇਆ ਸੀ ਕਿ 8% ਦੀ 8% ਦੀ ਹੁੰਦਾ ਨਾ ਡੀਏ ਦਾ 8% ਦੀ ਤੁਸੀਂ ਡੀਏ ਦਾ ਉਹਦੇ ਵਿੱਚ ਜਮ੍ਹਾਂ ਕਰਾਉਣੀ ਕਰਾਉਣਾ ਤੇ ਵੱਧ ਵੀ ਕੁਝ ਕਰਵਾ ਸਕਦੇ ਹੋ ਜੀਐਫ ਦੇ ਵਿੱਚ 12% ਦੀ 12% ਤੱਕ ਕਰਵਾ ਸਕਦੇ ਆ ਉਸ ਤਰੀਕੇ ਨਾਲ ਜਿਹੜਾ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਬੰਦੇ ਉਹਨਾਂ ਨੇ ਜਿੰਨਾ ਕਿ ਟੈਕਸ ਬਚਾਉਣ ਲਈ ਸਾਲ ਦੇ ਵਿੱਚ ਉਹ 1 ਲੱਖ ਰੁਪਈਆ ਤਾਂ ਉਹਦੇ ਚ ਉਹ ਬਚਾ ਲੈਂਦੇ ਨੇ ਹਾਂਜੀ ਪਰ ਦੂਜੇ ਪਾਸੇ ਤਾਂ ਤੁਹਾਡੀ ਮਰਜ਼ੀ ਹੋਏਗੀ ਜਿਹੜਾ ਅਦਾਰਾ ਨਹੀਂ ਤੁਹਾਡੇ ਤੇ ਇਹ ਬੰਦਿਸ਼ ਲਗਾ ਸਕਦਾ ਕਿ ਤੁਸੀਂ ਇਹਨੂੰ ਲਓ ਪਰ ਤੁਸੀਂ ਲੈ ਸਕਦੇ ਹੋ ਇਸ ਸਕੀਮਾਂ ਹਾਂਜੀ ਉਹ ਲੈ ਸਕਦੇ ਹੋ ਮੇਰੇ ਖਿਆਲ ਮੁਤਾਬਕ ਤਾਂ ਜੇ ਅਸੀਂ ਅਵੇਲ ਕਰ ਸਕਦੇ ਆ ਤਾਂ ਥੋੜਾ ਬਹੁਤ ਵਿਸ਼ਵਾਸਿਕ ਸਰਕਾਰ ਤੇ ਹੁੰਦਾ ਜੀ ਵੀ ਜਿਹੜੀਆਂ ਜਿਵੇਂ ਪੁਰਾਣੀਆਂ ਸਮੇਂ ਦੀਆਂ ਸਰਕਾਰੀ ਸਕੀਮਸ ਸੀਗੀਆਂ ਪੈਨਸ਼ਨ ਸਕੀਮਸ ਸੀਗੀਆਂ ਜੀ ਤਾਂ ਉਹ ਵਧੀਆ ਸੀਗੀਆਂ ਸਾਡੀ ਪੁਰਾਣੀ ਜਨਰੇਸ਼ਨ ਨਾਲ ਚੱਲਦੀਆਂ ਸੀਗੀਆਂ ਜੀ ਐਲਆਈਸੀ ਨਾਲ ਜੋੜ ਕੇ ਚੱਲਦੀਆਂ ਸੀ ਪਰ ਜਿਵੇਂ ਮੈਡਮ ਮਹਿਤਾ ਨੇ ਵੀ ਦੱਸਿਆ ਵੀ ਉਹਦੇ ਵਿੱਚ ਫਲਕਚੁਏਸ਼ਨਸ ਕਾਫੀ ਨੇ ਪਰ ਮੇਰੇ ਖਿਆਲ ਮਦਾ ਮੇਰੇ ਨਜ਼ਰੀਏ ਨਾਲ ਜੇ ਐਜ਼ ਅ ਪ੍ਰਾਈਵੇਟ ਏਮਪਲੋਈ ਦੇਖਾਂ ਤਾਂ ਮੇਰੇ ਵਾਸਤੇ ਜਿਹੜੀਆਂ ਦੂਜੀਆਂ ਨਿੱਜੀ ਕੰਪਨੀਆਂ ਦੀ ਪੈਨਸ਼ਨ ਸਕੀਮ ਲੈਣ ਨਾਲੋਂ ਮੈਂ ਸਰਕਾਰ ਦੀ ਪੈਨਸ਼ਨ ਸਕੀਮ ਲੈਣੀ ਜ਼ਿਆਦਾ ਬਿਹਤਰ ਸਮਝਦਾ ਪਰ ਇਸ ਜਿਹੜੀ ਸਕੀਮ ਜਿਹੜੀ ਇਹਨਾਂ ਨੇ ਨਵੀਂ ਸਕੀਮ ਬਣਾਈ ਹੈ ਉਹਦੇ ਵਿੱਚ 26% ਫੀਸ ਦੀ ਜਿਹੜਾ ਹੈਗਾ ਉਹ ਵਿਦੇਸ਼ੀ ਨਿਵੇਸ਼ ਹੋ ਸਕਦਾ ਹਾਂਜੀ ਹਾਂਜੀ ਮੈਂ ਉਹਦੇ ਤੋਂ ਮਤਲਬ ਉਹ ਤਾਂ ਹੈ ਪਰ ਦੂਜੇ ਪਾਸੇ ਜਿਹੜੀਆਂ ਉਹ ਪੂਰੀ ਨਹੀਂ ਪੂਰੀਆਂ ਹੀ ਨਿੱਜੀ ਕੰਪਨੀਆਂ ਨੇ ਜੀ ਜੇ ਮੈਂ ਮੇਰੇ ਕੋਲ ਦੋ ਦੋ ਆਪਸ਼ਨਾਂ ਨੇ ਹੁਣ ਜਾਂ ਤਾਂ ਮੈਂ ਕਿਸੇ ਵੀ ਨਿੱਜੀ ਕੰਪਨੀ ਦੀ ਇੰਸ਼ੋਰੈਂਸ ਨਿੱਜੀ ਇੰਸ਼ੋਰੈਂਸ ਕੰਪਨੀ ਦੀ ਪੈਨਸ਼ਨ ਸਕੀਮ ਲਵਾਂ ਜੀ ਜਾਂ ਫਿਰ ਮੈਂ ਜਿਹੜੀ ਸਰਕਾਰ ਦੀ ਇਹ ਪੈਨਸ਼ਨ ਸਕੀਮ ਆ ਜੇ ਅੱਗੇ ਆਊਗੀ ਜੇ ਉਹਦੇ ਬੈਨੀਫਿਟਸ ਜ਼ਿਆਦਾ ਹੋਣਗੇ ਜੇ ਮੈਂ ਮਤਲਬ ਪੂਰੀ ਤਰ੍ਹਾਂ ਹਜੇ ਤਾਂ ਇੰਪਲੀਮੈਂਟ ਹੋਈ ਨਹੀਂ ਜੀ ਪਰ ਜੇ ਉਹਦੇ ਬੈਨੀਫਿਟਸ ਰਿਲੇਟਿਵ ਟੂ ਇੰਸ਼ੋਰੈਂਸ ਕੰਪਨੀ ਦੀ ਸਕੀਮ ਦੇ ਜ਼ਿਆਦਾ ਹੋਣਗੇ ਤਾਂ ਮੈਂ ਉਹ ਲੈਣੀ ਚਾਹਾਂਗਾ ਜੀ ਖਾਲੇ ਇੱਕ ਜਿਹੜਾ ਸਵਾਲ ਮੇਰੇ ਦਿਮਾਗ ਦੇ ਵਿੱਚ ਬਾਰ ਬਾਰ ਆਉਂਦਾ ਹੈ ਕਿ ਜਦੋਂ ਆਪਾਂ ਵਿਦੇਸ਼ੀ ਨਿਵੇਸ਼ ਦੀ ਗੱਲ ਕਰਦੇ ਆਂ ਤੇ ਆਪਾਂ ਇੱਥੋਂ ਸੋਚਦੇ ਆਂ ਕਿ ਵੀ ਉਹ ਆਉਣਗੇ ਕਿਸੇ ਕੰਮ ਦੇ ਵਿੱਚ ਪੈਸੇ ਲਾਉਣਗੇ ਜਿਹੜਾ ਪੈਨਸ਼ਨ ਦੇ ਵਿੱਚ ਜਿਹੜਾ 26% ਦੀ ਵਿਦੇਸ਼ੀ ਨਿਵੇਸ਼ ਹੈ ਇਹ ਇਹਦਾ ਕੀ ਮਸਲਾ ਹੈ ਇਹਦਾ ਮਸਲਾ ਹੈਗਾ ਵੈਸੇ ਤਾਂ ਐਫਡੀਆ ਜਿਹੜੀ ਹੈਗੀ ਹੈ तकरीबन ਹਰ ਸੈਕਟਰ ਦੇ ਵਿੱਚ ਆ ਰਹੀ ਹੈ ਜੀ ਪੈਨਸ਼ਨ ਦੇ ਵਿੱਚ ਵੀ ਆ ਗਈ ਇੰਸ਼ੋਰੈਂਸ ਵੀ ਆ ਗਈ ਹਰ ਜਗ੍ਹਾ ਇੰਸ਼ੋਰੈਂਸ ਦੇ ਵਿੱਚ 59% ਦੀ ਹੋਗੀ ਇੱਥੇ 26% ਦੀ ਹੋਗੀ ਜੀ ਅਸਲ ਜਿਹੜੀ ਗਵਰਨਮੈਂਟ ਦੇ ਦਿਮਾਗ ਦੇ ਵਿੱਚ ਜਿਹੜੀ ਚੀਜ਼ ਹੈਗੀ ਹੈ ਕਿ ਸਾਡੇ ਕੋਲ ਇੰਡੀਆ ਦੇ ਵਿੱਚ ਕੋਈ ਵੀ ਯੂਨੀਵਰਸਲ ਸੋਸ਼ਲ ਸਿਕਿਉਰਿਟੀ ਸਿਸਟਮ ਨਹੀਂ ਹੈ ਜੀ ਉਹ ਇਹਨਾਂ ਨੇ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਜਾਂ ਨਵਾਂ ਜਿਹੜਾ ਹੈਗਾ ਫਾਰਮੂਲਾ ਇਹਨੂੰ ਸਾਰਿਆਂ ਵਾਸਤੇ ਓਪਨ ਕਰਤਾ ਪਹਿਲਾਂ ਪੈਨਸ਼ਨ ਸਿਰਫ ਸਰਕਾਰੀ ਅਰਧ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਹੁੰਦੀ ਸੀ ਤੇ ਉਹ ਸਰਕਾਰ ਦੀ ਜ਼ਿੰਮੇਵਾਰੀ ਵੀ ਸੀਗੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਪਰ ਲੈ ਕੋਈ ਵੀ ਲੈਕਿਨ ਲੇਕਿਨ ਜਿਹੜਾ ਵੀ ਬੰਦਾ 26% ਜਾਂ 25% ਐਫਡੀਆ ਬਾਹਰੋਂ ਲਿਆਊਗਾ ਉਹ ਇੱਥੇ ਦਾਨਪੂਰਨ ਕਰਨ ਤਾਂ ਨਹੀਂ ਰਿਹਾ ਜੀ ਉਹਨਾਂ ਵਿੱਚ ਵਿੱਚੋਂ ਵੀ ਬੱਚੋ ਕਮਾਉਣਾ ਹੈ ਨਾ ਜੀ ਉਹ ਉਹਦੇ ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਉਹਨਾਂ ਦੇ ਬੰਦੇ ਵੀ ਬੈਠਣਗੇ ਜਿਹੜੇ ਕਿ ਡਿਸਾਈਡ ਕਰਨਗੇ ਕਿ ਪੈਸਾ ਕਿੱਥੇ ਲਾਉਣਾ ਹੈ ਜੀ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਇਸ ਪੈਨਸ਼ਨ ਸਕੀਮ ਦੇ ਵਿੱਚ ਕਿ ਜਿਹੜੇ ਸਟੇਕ ਹੋਲਡਰ ਹੈ ਜੀ ਸਟੇਕ ਹੋਲਡਰਸ ਨੂੰ ਪੁੱਛਿਆ ਜਾਊਗਾ ਕਿ ਦੱਸੋ ਜੀ ਪੈਸਾ ਕਿੱਥੇ ਲਾਉਣਾ ਉਹਦੇ ਵਾਸਤੇ ਪ੍ਰੋਫੈਸ਼ਨਲ 雇ਤੇ ਜਾਣਗੇ ਉਹ ਪ੍ਰੋਫੈਸ਼ਨਲ ਦੱਸਣਗੇ ਕਿ ਇਸ ਵੇਲੇ ਸੇਫ ਬੈਟ ਕਿੱਥੇ ਹੈ ਮਾਰਕੀਟ ਕਿਹੜੀ ਵਧੀਆ ਕਿੱਥੇ ਪੈਸਾ ਲਾਇਆ ਜਾ ਸਕਦਾ ਹੈ ਜੀ ਪ੍ਰੋਫੈਸਰ ਖਾਲਿਦ ਪਿਛਲੇ ਤੋਂ ਪਿਛਲੇ ਸਾਲ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਯੋਜਨਾ ਤਹਿਤ ਨਾ ਜੀਪੀਐਫ ਦੇ ਉੱਤੇ ਅੱਧਾ ਫੀਸ ਦੀ ਸਾਲਾਨਾ ਜਿਹੜਾ ਵਿਆਜ ਆ ਉਹ ਵਧ ਦਿੱਤਾ ਸੀ ਤੇ ਉਦ ਲਈ ਉਹਨਾਂ ਨੇ ਕਿਹਾ ਸੀ ਕਿ ਜੀਓ ਸਾਡੇ ਕੋਲ ਜੀਪੀਐਫ ਪਿਆ ਜਿਹੜਾ ਜਿਨ੍ਹਾਂ ਦਾ ਜੀਪੀਐਫ ਜਮ੍ਹਾਂ ਹੋਇਆ ਸੀ ਜਿਨ੍ਹਾਂ ਨੇ ਵਾਪਸ ਨਹੀਂ ਲਿਆ ਉਸ ਕਾਰਨ ਅਸੀਂ ਪੂਰੇ ਮੁਲਕ ਦੇ ਜੀਪੀਐਫ ਦੇ ਉੱਤੇ 1 ਫੀਸ ਅੱਧਾ ਫੀਸ ਦੀ ਜਿਹੜਾ ਵਿਆਜ ਆ ਉਹ ਸਾਲਾਨਾ ਵਧ ਦੇ ਸਕਦੇ ਆ ਇਹਦਾ ਮਤਲਬ ਬਹੁਤ ਸਾਰਾ ਇਦਾਂ ਦਾ ਫੰਡ ਹੁੰਦਾ ਜਿਹੜਾ ਜਮ੍ਹਾਂ ਹੁੰਦਾ ਵਾਪਸ ਨਹੀਂ ਹੁੰਦਾ ਕਿਸੇ ਨਾ ਕਿਸੇ ਕਾਰਨ ਕੋਈ ਬੰਦਾ ਵਿਚਾਲੇ ਨੌਕਰੀ ਛੱਡ ਗਿਆ ਉਹਦਾ ਜਿਹੜਾ ਫੱਡ ਹੈ ਉਹਨੇ ਉਹਦੇ ਤੇ ਦਾਅਵੇਦਾਰੀ ਨਹੀਂ ਕੀਤੀ ਕੋਈ ਬੰਦਾ ਗੁਜ਼ਰ ਗਿਆ ਤੇ ਉਹਦਾ ਕੋਈ ਦਾਅਵੇਦਾਰੀ ਕਰਨ ਵਾਲਾ ਨਹੀਂਗਾ ਤੇ ਇਹ ਇੱਕ ਏਰੀਆ ਬਣਦਾ ਜਿੱਥੋਂ ਕਾਫੀ ਮੁਨਾਫਾ ਕਮਾਇਆ ਜਾ ਸਕਦਾ ਜਿੱਥੇ ਜਿਹੜੀਆਂ ਨਿੱਜੀ ਕੰਪਨੀਆਂ ਦੀ ਦਿਲਚਸਪੀ ਹੈ ਦੇਖੋ ਜਿਹੜਾ ਅਨਕਲੇਮਡ ਮਨੀ ਹੈ ਕੀ ਹੈ ਜੀ ਉਹ ਅਰਬਾਂ ਰੁਪਏ ਦੇ ਹਿਸਾਬ ਨਾਲ ਬੈਂਕਾਂ ਦੇ ਵਿੱਚ ਪਈ ਹੈ ਜੀ ਬੈਂਕਾਂ ਦੇ ਵਿੱਚ ਵੀ ਬੈਂਕਾਂ ਦੇ ਜਿਹੜੇ ਖਾਤੇ ਆ ਉਹ ਵੀ ਕਈ ਅਨਕਲੇਮਡ ਰਹੇ ਜੀ ਜੀ ਇਸੇ ਤਰੀਕੇ ਨਾਲ ਗਵਰਨਮੈਂਟ ਦੇ ਵੀ ਬਹੁਤ ਸਾਰੇ इवन ਜਿੰਨੀਆਂ ਵੀ ਸਿਕਿਉਰिटीज ਇਸੇ ਦੰਦੇ ਆ ਯੂਨੀਵਰਸਿਟੀ ਸਾਡੀ ਲਾਇਬ੍ਰੇਰੀ ਸਿਕਿਉਰਿਟੀ ਉਹ ਹੀ ਅਧਿਆਪਕ ਦੇ ਕਲੇਮ ਨਹੀਂ ਕਰਦੇ ਫੋਰ ਐਗਜ਼ਾਮਪਲ ਤੇ ਉਹ ਜਿਹੜਾ ਹੈਗਾ ਜਿਹੜੀਆਂ ਨਿੱਜੀ ਕੰਪਨੀਆਂ ਨਿੱਜੀ ਕੰਪਨੀਆਂ ਨੂੰ ਅਗਰੇ ਦੇ ਵਿੱਚ ਰੋਪ ਇਨ ਕੀਤਾ ਗਿਆ ਜੀ ਇਸ ਦੇ ਇਲਾਵਾ ਅਨ ਆਰਗੇਨਾਈਜ਼ਡ ਸੈਕਟਰ ਵੀ ਇਹਦੇ ਵਿੱਚ ਰੋਪ ਇਨ ਕੀਤਾ ਗਿਆ ਜੀ ਅਨਾਰਗਨਾਈਜ਼ ਸੈਕਟਰ ਵੀ ਦੇ ਵੀ এমਪਲਾਈ ਜਿਹੜੇ ਹੈਗੇ ਆ ਉਹ ਵੀ ਇਸ ਸਕੀਮ ਦੇ ਨਾ ਅਨਾਰਗਨਾਈਜ਼ ਸੈਕਟਰ ਨੂੰ ਤਾਂ ਇਹ ਕਿਹਾ ਨਾ ਕਿ ਤੁਸੀਂ ਆ ਸਕਦੇ ਹੋ ਹਾਂ ਆ ਸਕਦੇ ਆ ਜੀ ਰੋਪਿੰਦ ਮਤਲਬ ਦੇ ਆਰ ਇਨਵਾਈਟਿਡ ਦੇ ਹੈਵ ਬੀਨ ਇਨਵਾਈਟਿਡ ਕਿ ਵੀ ਤੁਸੀਂ ਆਓ ਇਹਦੇ ਵਿੱਚ ਕਰੋ ਲੇਕਿਨ ਜਿੱਥੇ ਤੱਕ ਸਵਾਲ ਹੈ ਕਿ ਇਹ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਇਸ ਕਰਕੇ ਆ ਰਹੀਆਂ ਕਿ ਅਨਕਲੇਮਡ ਪੈਸਾ ਰਹਿ ਜਾ ਕਰੂਗਾ ਉਹ ਇਸ ਤਰ੍ਹਾਂ ਦੀ ਮੈਂ ਤਾਂ ਸਿਰਫ ਇਹ ਕਹ ਰਿਹਾ ਕਿ ਵੀ ਮੁਨਾਫੇ ਦਾ ਇੱਕ ਉਹ ਵੀ ਇੱਕ ਜ਼ਰੀਆ ਜਿਹੜਾ ਦਿਖਾਈ ਦਿੰਦਾ ਸਨ ਇੱਕ ਰੈਸਪੈਕਟ ਫ੍ਰੈਕਸ਼ਨ ਫ੍ਰੈਕਸ਼ਨ ਅਸਪੈਕਟ ਉਹਦਾ ਹੋ ਸਕਦਾ ਹੈ ਲੇਕਿਨ ਅਗਰ ਇਹ ਸਕੀਮ ਜਿਵੇਂ ਮੈਂ ਨੇ ਕਿਹਾ ਕਿ ਅਗਰ ਪੂਰੇ ਤਰੀਕੇ ਦੇ ਨਾਲ ਲਾਗੂ ਹੁੰਦੀ ਹੈ ਔਰ ਲੋਕਾਂ ਨੂੰ ਇਹਦਾ ਫਾਇਦਾ ਅੱਗੇ ਨੂੰ ਦਿਖਿਆ ਕਿਉਂਕਿ ਕੋਈ ਵੀ ਸਕੀਮ ਅੱਜ ਲਾਗੂ ਹੋਈ ਹੈ ਉਹਦੇ 10 ਸਾਲ ਬਾਅਦ ਉਹਦੇ ਨਤੀਜੇ ਸਾਹਮਣੇ ਆਉਣਗੇ ਕਿ ਵਾਕਈ ਇਹ ਸਕੀਮ ਕਾਮਯਾਬ ਰਹੀ ਹੈ ਜਾਂ ਨਹੀਂ ਰਹੀ ਹੈ ਇਹ 5 ਸਾਲ ਬਾਅਦ ਸਾਹਮਣੇ ਆਉਣਗੇ ਇਟ ਅਜੀ ਆਪਾਂ ਦੇਖਨੇ ਗਵਰਨਮੈਂਟ ਜਿਹੜਾ ਵਿਦੇਸ਼ੀ ਨਿਵੇਸ਼ ਕਰਨ ਆਏਗਾ ਅਸੀਂ ਤਾਂ 10 ਸਾਲਾਂ ਨੂੰ ਤਜਰਬਾ ਕਰਕੇ ਦੇਖਾਂਗੇ ਜਿਹੜਾ ਵਿਦੇਸ਼ੀ ਨਿਵੇਸ਼ ਕਰਨ ਕੰਪਨੀ ਆਏਗੀ ਉਹ ਤਾਂ ਪਹਿਲਾਂ ਹੀ ਦਹਾਕਿਆਂ ਦਾ ਤਜਰਬਾ ਕਰਕੇ ਆਏਗੀ ਨਾ ਇਹ ਦੇਖੋ ਜਿਹੜਾ ਵਿਦੇਸ਼ੀ ਨਿਵੇਸ਼ਕ ਇੱਥੇ ਆਏਗਾ ਉਹ ਪਤਾ ਨਹੀਂ ਕਿਹੜੇ ਕਿਹੜੇ ਫਾਈਨੈਂਸ਼ੀਅਲ ਸੈਕਟਰ ਦੇ ਵਿੱਚੋਂ ਆ ਰਿਹਾ ਫਸਟ ਆਫ ਆਲ ਸੈਕੰਡਲੀ ਜੋ ਆ ਰਿਹਾ ਹੈ ਉਹਦੇ ਕੋਲ ਤਜਰਬਾ ਹੈ ਉਹਦੇ ਮੁਤਾਬਿਕ ਫਿਰ ਉਹ ਡਿਕਟੇਟ ਕਰੂਗਾ ਕਿ ਫਲਾਨੀ ਜਗ੍ਹਾ ਪੈਸਾ ਲਾਓ ਉਹਦੇ ਵਿੱਚ ਜਿਹੜਾ ਇਨਵੈਸਟਰ ਹੈ ਜਿਹਦਾ ਪੈਸਾ ਵਿੱਚ ਲੱਗ ਰਿਹਾ ਉਹਦੀ ਸੇ ਬਿਲਕੁਲ ਨਹੀਂ ਰਹੇਗੀ ਜੀ ਨੰਬਰ 1 ਨੰਬਰ 2 ਜਿਹੜਾ 26% ਅ ਇਨਵੈਸਟਮੈਂਟ ਕਰੇਗਾ ਇਹਦੇ ਵਿੱਚ ਸੈਕਟਰ ਦੇ ਵਿੱਚ ਉਹ ਫਿਰ ਗਵਰਨਮੈਂਟ ਵੀ ਟਰਮਸ ਐਂਡ ਕੰਡੀਸ਼ਨ ਲਾਊਗਾ ਕਿ ਭਾਈ ਸਾਡੇ ਮੁਤਾਬਕ ਇਨਵੈਸਟਮੈਂਟ ਹੋਊਗੀ ਔਰ ਉਹ ਇਨਵੈਸਟਮੈਂਟ ਬਾਹਰ ਹੋਣੀ ਹੈ ਇੱਥੇ ਹੁੰਦੀ ਹੈ ਕਿਹੜੇ ਸੈਕਟਰ ਦੇ ਵਿੱਚ ਹੁੰਦੀ ਹੈ ਉਹ ਨਾ ਗਵਰਨਮੈਂਟ ਦੇ ਹੱਥ 'ਚ ਰਹੇਗੀ ਨਾ ਇਨਵੈਸਟਰ ਦੇ ਹੱਥ 'ਚ ਰਹੇਗੀ ਫਿਰ ਤਾਂ ਜਿਹੜਾ ਇਨਵੈਸਟਰ ਹੈ ਉਹਦੇ ਸਟੇਕ ਜ਼ਿਆਦਾ ਹੋ ਗਿਆ ਇਸ ਕਰਕੇ ਉਹ ਨੂੰ ਡਿੱਕ ਪਰ 26 ਤੋਂ ਕਦੇ ਵੀ 49% ਦੀ ਹੋ ਸਕਦਾ ਜਿਵੇਂ ਉਹ ਬੀਮਾ ਬੀਮੇ ਨਾਲ ਜੋੜਿਆ ਗਿਆ ਬਿਲਕੁਲ ਹੋ ਸਕਦਾ ਹੈ ਗਵਰਨਮੈਂਟ ਇਸ ਚੀਜ਼ ਦਾ ਇੱਕ ਸਵਾਲ ਜਿਹੜਾ ਮੈਂ ਤੁਹਾਨੂੰ ਤੁਸੀਂ ਪਹਿਲਾਂ ਜਿਹੜਾ ਕੁਝ ਕਹਿਣਾ ਤੁਸੀਂ ਕਹਿ ਲਓ ਫਿਰ ਮੈਂ ਇੱਕ ਸਵਾਲ ਮੇਰੇ ਮਨ ਵਿੱਚ ਇਹ ਖਿਆਲ ਆਂਦਾ ਹੈ ਕਿ ਇਹ ਜਿਹੜਾ ਨਵਾਂ ਪੈਨਸ਼ਨ ਬਿਲ ਹੈਗਾ ਇਸ ਨੂੰ ਤੇ ਜੇ ਜਿਵੇਂ ਇਨਕਮ ਟੈਕਸ ਹੈ ਇਹਨੂੰ ਅਸੀਂ ਜੇ ਕੰਪੇਅਰ ਕਰਦੇ ਹਾਂ ਹੁਣ ਇਨਕਮ ਟੈਕਸ ਪੇ ਸਿਰਫ ਜਿਹੜੇ ਆਰਗੇਨਾਈਜ਼ ਸੈਕਟਰ 'ਚ EMPLOYEES ਹੈਗੇ ਨੇ ਉਹਨਾਂ ਦਾ ਹੀ ਇਨਕਮ ਟੈਕਸ ਠੀਕ ਠਾਕ ਜਿਹਨਾਂ ਨੂੰ 1 ਨੰਬਰ ਦਾ ਪੈਸਾ ਮਿਲਦਾ ਉਹੀ ਉਹੀ ਪੇ ਕਰਦੇ ਬਾਕੀ ਇਹ ਲੱਖ ਜ਼ੋਰ ਲਾ ਚੁੱਕੇ ਨੇ ਕਿ ਸ਼ਾਪਕੀਪਰਸ ਉਹਨਾਂ ਨੂੰ ਵੀ ਡਿਕਲੇਅਰ ਕਰਨ ਲਈ ਕਈ ਸਕੀਮਾਂ ਚਲਾਉਂਦੇ ਨੇ ਤੁਸੀਂ ਡਿਕਲੇਅਰ ਕਰੋ ਤੁਹਾਨੂੰ ਇਹ ਕੰਸੈਸ਼ਨ ਹੋਏਗਾ ਥੋੜਾ ਬਤਾ ਇਨਕਮ ਟੈਕਸ ਉਥੋਂ ਇਹਨਾਂ ਨੇ ਉਹਨਾਂ ਨੂੰ ਰੋਪਨ ਕਰਕੇ ਪੱਤਾ ਜਰਬਾ ਜਿਹੜਾ ਕੋਈ ਬਹੁਤ ਠੀਕ ਨਹੀਂ ਲਿਆ ਸੋ ਇਹ ਜੇ ਆਫਰ ਵੀ ਜਿਹੜੀ ਹੈਗੀ ਹੈ ਨਾ ਵੀ ਸਾਰਿਆਂ ਦੇ ਇਹ ਓਪਨ ਹੈ ਜੀ ਆ ਜਾਓ ਤੁਹਾਨੂੰ ਫਾਇਦਾ ਹੋਏਗਾ ਇੱਕ ਤਾਂ ਲੋਕਾਂ ਨੇ ਆਣਾ ਨਹੀਂ ਹੈ ਵਾਲੈਂਟੀਅਰ ਨਹੀਂ ਕਰਨਾ ਵੀ ਹਾਂ ਅਸੀਂ ਇਸ ادارے ਇਹਨਾਂ ਨੂੰ ਪੈਸੇ ਦਈਏ ਤੇ ਸਾਨੂੰ ਰਿਟਰਨ ਹੋਏਗੀ ਕਿਉਂਕਿ ਭਰੋਸਾ ਕੋਈ ਨਹੀਂ ਲੋਕਾਂ ਨੂੰ ਲੋਕੀ ਕੀ ਕਹਿਣਗੇ ਅਸੀਂ ਜਿਸ ਤਰ੍ਹਾਂ ਸੇਵ ਕਰ ਸਕਦੇ ਹਾਂ ਆਪਣੇ ਬੁੱਢੇਪੇ ਲਈ ਆਪਣੀ ਬਿਮਾਰੀ ਲਈ ਵਿਆਹ ਸ਼ਾਦੀਆਂ ਕਰਨ ਲਈ ਆ ਸਾਡੇ ਆਪਣੇ ਤਰੀਕੇ ਹੈਗੇ ਨੇ ਜਿਹੜੇ ਹੈ ਵੀ ਨਹੀਂ ਲੋਕਾਂ ਦੇ ਆਪਣੇ ਫੈਮਿਲੀ ਲੈਵਲ ਤੇ ਉਹ ਸਾਨੂੰ ਠੀਕ ਨਹੀਂ ਸਾਨੂੰ ਇਹ ਨਹੀਂ ਗੁਵਾਰਾ ਸਾਨੂੰ ਨਹੀਂ ਪਤਾ ਵੀ ਸਾਨੂੰ ਜਦੋਂ ਲੋੜ ਹੋਊਗਾ ਸਾਨੂੰ ਜਿਵੇਂ ਤੁਸੀਂ ਕਿਹਾ ਕਿ ਵੀ ਜਿਨ੍ਹਾਂ ਕੋਲ ਆਪਣੇ ਤਰੀਕੇ ਨੇ ਉਹ ਆਪਣੇ ਤਰੀਕਿਆਂ ਨਾਲ ਕਰ ਲੈਣਗੇ ਜਿਹੜੇ ਬੰਦੇ ਇਨਕਮ ਟੈਕਸ ਦੰਦੇ ਨੇ ਪਰ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਵੀ ਸਮਾਜਿਕ ਸੁਰੱਖਿਆ ਦੇ ਨਾਂ ਦੇ ਉੱਤੇ ਇਹ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਇੱਕ ਖੇਤ ਮਜ਼ਦੂਰ ਅਗੂ ਨੂੰ ਇੱਥੇ ਸੱਦਣਾ ਚਾਹੁੰਦਾ ਸੀ ਇਸ ਪ੍ਰੋਗਰਾਮ ਦੇ ਵਿੱਚ ਤਾਂ ਕਿ ਪਤਾ ਲੱਗੇ ਕਿ ਮਜ਼ਦੂਰ ਤਬਕਾ ਕਿਸ ਤਰੀਕੇ ਨਾਲ ਸੋਚਦਾ ਹੈ ਮੈਂ ਉਹਨੂੰ ਪੁੱਛਿਆ ਕਿ ਪੈਨਸ਼ਨ ਬਿੱਲ ਦੇ ਬਾਰੇ ਇਹ ਇਹ ਗੱਲਾਂ ਨਹੀਂ ਇਹਨਾਂ ਬਾਰੇ ਆਪਾਂ ਗੱਲ ਕਰਨੀ ਹੈ ਉਹ ਕਹਿੰਦਾ ਤੁਸੀਂ ਕੀ ਗੱਲ ਕਰਦੇ ਹੋ ਤੁਸੀਂ ਸਾਡੇ ਨਾਲ ਖੁਰਾਕ ਸੁਰੱਖਿਆ ਵਾਲੇ ਬਿੱਲ ਦੀ ਗੱਲ ਕਰ ਲਓ ਤੁਸੀਂ ਸਾਡੇ ਨਾਲ ਮਨਰੇਗਾ ਦੀ ਗੱਲ ਕਰ ਲਓ ਜਿਹੜਾ ਸਾਡੇ ਮੁਲਕ ਦਾ ਉਹ ਤਪਕਾ ਹੈ ਜਿਹੜਾ ਜਿਹਦੇ ਲਈ ਇਸੇ ਮੁਲਕ ਦੇ ਵਿੱਚ ਅਨਸੁਰੱਖਿਆ ਦੀ ਗੱਲ ਹੋ ਰਹੀ ਹੈ 67% ਦੀ ਲੋਕਾਂ ਲਈ ਤੇ ਇਸ ਮੁਲਕ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ 77% ਦੀ ਆਬਾਦੀ 20 ਰੁਪਏ ਤੋਂ ਘੱਟ ਜਾਨਾ ਗੁਜ਼ਾਰਾ ਕਰਦੀ ਹੈ ਉਹਦੇ ਲਈ ਇਸ ਬਿੱਲ ਦੇ ਕੀ ਮਾਇਨੇ ਬਣਦੇ ਨੇ ਹੂੰ ਹੂੰ ਕੋਈ ਮੈਨਾਂ ਨਹੀਂ ਬੰਦੇ ਉਹਨਾਂ ਦੇ ਜਿਵੇਂ ਕਿ ਤੁਹਾਨੂੰ ਜਵਾਬ ਵੀ ਉਹਨਾਂ ਨੇ ਦਿੱਤਾ ਕਿ ਮਜ਼ੂਰ ਉਸ ਨੇ ਉਹੀ ਮੈਂ ਆਰਗੂਮੈਂਟ ਕਰ ਰਹੀ ਹਾਂ ਕਿ ਇਹ ਦੁਕਾਨ ਨੂੰ ਕਹਿਣ ਨੂੰ ਇਹਦੇ ਪ੍ਰੋਪਾਗੈਂਡਰ ਲਈ ਜ਼ਰੂਰ ਹੈ ਵੀ ਅਸੀਂ ਸਭ ਨੂੰ ਖੁੱਲਾ ਸਰਦਾ ਜੀ ਆਓ ਤੁਸੀਂ ਤੁਹਾਨੂੰ ਜਿਹੜੀ ਹੈ ਤੁਹਾਡੇ ਅਕੀ ਸਿਕਿਉਰਟੀ ਮਿਲेंगी ਕਿੰਨੇ ਚੋਣਾ ਕਿ ਆਲਰੇਡੀ ਸਾਡੇ ਕੋਲ ਬਹੁਤ ਸਾਰੀਆਂ ਸਕੀਮਸ ਹੈਗੀਆਂ ਦੇਖੋ ਤੁਹਾਡੇ ਕੋਲ EPF ਹੈ CPF ਹੈ GPF ਹੈ ਤੇ ਇੱਕ PPF ਹੈ ਜੀ ਪਬਲਿਕ ਪ੍ਰੋਵੀਡੈਂਟ ਫੰਡ ਜੀ ਪਬਲਿਕ ਪ੍ਰੋਵੀਡੈਂਟ ਫੰਡ ਦੇ ਵਿੱਚ অলরেਡੀ ਤੁਹਾਡੇ ਕੋਲ ਪ੍ਰੋਵੀਜ਼ਨਸ ਹੈਗੀਆਂ ਤੁਸੀਂ ਪੋਸਟ ਆਫਿਸ ਦੇ ਵਿੱਚ ਐਸ ਬੀਆਈ ਦੇ ਵਿੱਚ ਖਾਤਾ ਖਲਵਾ ਕੇ ਖੁਦ ਵਲੰਟੇਰੀਲੀ 1 ਲੱਖ ਰੁਪਿਆ ਸਾਲ ਦਾ ਜਮਾ ਕਰ ਸਕਦੇ ਹੋ ਜਮਾ ਕਰ ਸਕਦੇ ਹੋ ਜੀ ਔਰ ਉਸ ਤੋਂ ਬਾਅਦ ਤੁਸੀਂ ਉਹਨੀਆਂ ਰਿਟਰਨਸ ਵੀ ਲੈ ਸਕਦੇ ਹੋ ਜੀ ਔਰ ਲੋਕ ਲੈਂਦੇ ਆਲਰੇਡੀ ਰਿਟਰਨਸ ਜੀ ਤਾਂ ਲੋਕਾਂ ਨੂੰ ਕੰਪੇਅਰ ਕਰਨਾ ਪਊਗਾ ਕਿ ਕਿਆ ਉਹ ਸਕੀਮ ਬੈਟਰ ਹੈ ਫਿਰ ਇਨਕਮ ਟੈਕਸ ਤੋਂ ਛੂਟਾ ਹੁਣ ਮੈਂ ਇਨਕਮ ਟੈਕਸ ਦੀ ਗੱਲ ਹੋਈ ਹੈ ਹਾਂ ਜੀ ਇਨਕਮ ਟੈਕਸ ਦੇ ਉੱਪਰ ਜਿਸ ਵੇਲੇ ਤੁਸੀਂ 60% 60 ਸਾਲ ਦੀ ਉਮਰ ਤੇ ਬਾਅਦ ਨਵੇਂ ਨਮੀ ਜਿਹੜੀ ਸਕੀਮ ਹੈਗੀ ਹੈ ਉਹਦੇ ਵਿੱਚ ਜਿਸ ਵੇਲੇ ਤੁਸੀਂ 60% ਵਾਪਿਸ ਲਾਓਗੇ ਉਹ ਇਨਕਮ ਟੈਕਸੇਬਲ ਹੈ ਜਦ ਕਿ ਜਿਸ ਵੇਲੇ ਤੱਕ ਤੁਸੀਂ ਉਹ ਗਵਰਨਮੈਂਟ ਨੂੰ ਦੇ ਰਹੇ ਹੋ ਉਹ ਤੁਹਾਨੂੰ ਟੈਕਸ ਤੋਂ ਐਗਜ਼ੈਂਪਸ਼ਨ ਹੈ ਲੇਕਿਨ ਜੱਤੂ ਸੀ 60% ਰਿਟਾਇਰਮੈਂਟ ਦੇ ਉੱਪਰ ਲਮੋਂਗੇ ਟੈਕਸੇਬਲ ਕਰਤਾ ਇਹ ਫਿਰ ਗਵਰਨਮੈਂਟ ਕਿਉਂ ਲੋਕ ਕਰਨਗੇ ਵੀ ਜਿਹੜਾ ਕਿ ਪੋਸਟ ਆਫਿਸ ਦਾ ਵੀ ਤੁਸੀਂ ਕਰਵਾ ਰਹੇ ਹੋ ਟੈਕਸੇਬਲ ਨਹੀਂ ਹੈ ਤਾਂ ਇਸ ਕਰਕੇ ਲੋਕਾਂ ਨੂੰ ਲੋਕ ਸੋਚਣਗੇ ਦੇਖਣਗੇ ਹਜੇ ਇਹਦੀਆਂ ਪਰਮਿਊਟ ਸਾਰੀਆਂ ਲਾ ਕੇ ਹਜੇ ਤੱਕ ਰਾਜ ਸਭਾ ਦੇ ਵਿੱਚ ਪਾਸ ਹੋਣਾ ਹੈ ਉਸ ਤੋਂ ਬਾਅਦ ਰਾਸ਼ਟਰਪਤੀ ਇਨਫੈਕਟ ਪਰਨਾ ਮੁਕਰਜੀ ਨੇ ਹੀ ਇਹ ਬਿਲ ਦੁਬਾਰਾ ਪੇਸ਼ ਕੀਤਾ ਸੀਗਾ ਉਹ 2011 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਨ ਦਾ ਨਿਊ ਫਾਰਮ ਤੇ ਉਥੋਂ ਹੋਣਾ ਉਸ ਤੋਂ ਬਾਅਦ ਆਪਣੀਆਂ ਕੈਲਕੂਲੇਸ਼ਨਸ ਹੋਣਗੀਆਂ ਸ਼ੁਰੂ ਹੋ ਗਿਆ ਹਾਂ ਹੋਇਆ ਤਾਂ ਪਹਿਲਾਂ ਤਾਂ ਹੋਇਆ ਲੇਕਿਨ ਬਾਅਦ ਚੋ ਵਿਡਰਾ ਹੋ ਗਿਆ ਫਿਰ ਨਮਾ ਨਮੀ ਉਹਦੀ ਵਰਜਨ ਆਈ ਤਾਂ ਉਹ ਜਿਸ ਵੇਲੇ ਲੋਕ ਇਹਨਾਂ ਚੀਜ਼ਾਂ ਨੂੰ ਕੈਲਕੂਲੇਟ ਕਰਕੇ ਦੇਖਣਗੇ ਫਿਰ ਦੇਖਣਗੇ ਕਿ ਸਾਡੇ ਵਾਸਤੇ ਇਹ ਫਾਇਦੇਮੰਦ ਹੈ ਜਾਂ ਪੁਰਾਣੀਆਂ ਸਕੀਮਾਂ ਜਿਹੜੀਆਂ ਪੋਸਟ ਆਫਿਸ ਵਾਲੀਆਂ ਉਹ ਸਾਡੇ ਵਾਸਤੇ ਜ਼ਿਆਦਾ ਫਾਇਦੇਮੰਦ ਹੈ ਇਹ ਹਜੇ ਡਿਪੈਂਡ ਕਰਦਾ ਹੈ ਜੀ ਜਸਦੀਪ ਜਿਹੜੀਆਂ ਇਹ ਗੱਲਾਂ ਨੇ ਕਿ ਵੀ ਮਤਲਬ ਜਿਹੜੇ ਤਬਕੇ ਆ ਇਹ ਕੈਲਕੂਲੇਟ ਕਰਕੇ ਦੇਖੇਗਾ ਕਿ ਸਾਡੇ ਲਈ ਇਹ ਫਾਇਦੇਮੰਦ ਹੈ ਜਾਂ ਨਹੀਂ ਹੈ ਸਾਡੇ ਮੁਲਕ ਦੇ ਵਿੱਚ ਜਿਹੜੀ ਆਬਾਦੀ ਇਸ ਵੇਲੇ ਕੰਮ ਕਰਦੀ ਆ ਉਹਦਾ ਤਕਰੀਬਨ 12% ਦੀ ਉਹ ਬਣਦਾ ਹੈ ਜਿਹੜਾ ਜਥੇਬੰਦ ਖੇਤਰ ਦੇ ਵਿੱਚ ਹੈਗਾ ਜਿਹੜਾ ਉਹ ਤੇ ਬਾਕੀ ਜਿਹੜੀ 88% ਦੀ ਲੋਕ ਨੇ ਉਹ ਤਾਂ ਹੋਰ ਕਿਤੇ ਕੰਮ ਕਰਦੇ ਨੇ ਆਪਾਂ ਉਸ ਤਬਕੇ ਦੀ ਗੱਲ ਛੱਡ ਦਨੇ ਆ ਜਿਹਨੂੰ ਆਪਾਂ ਮੱਧ ਵਰਗ ਕਹਿੰਦੇ ਆ ਜਿਹੜਾ ਚੰਗਾ ਖਾਂਦਾ ਪੀਂਦਾ ਤੇ ਇਨਕਮ ਟੈਕਸ ਦਿੰਦਾ ਹੈਗਾ ਜਿਹੜਾ ਸਾਡੇ ਹੀ ਦਫ਼ਤਰਾਂ ਦੇ ਵਿੱਚ ਜਾਂ ਹੋਰ ਦਫ਼ਤਰਾਂ ਦੇ ਵਿੱਚ ਜਿਹੜਾ ਦੂਜਾ ਤਬਕਾ ਹੈਗਾ ਜਿਹੜਾ ਦਿਹਾੜੀਦਾਰ ਤਬਕਾ ਹੈਗਾ ਹਾਂਜੀ ਉਹ ਉਹਦੇ ਲਈ ਇਸ ਦੇ ਕੀਮਾ ਇਹਨੇ ਬਣਦੇ ਨੇ ਕਿਉਂਕਿ ਤੁਸੀਂ ਪਿੰਡ ਦੇ ਵਿੱਚ ਜਦੋਂ ਚੋਣ ਲੜਨ ਗਏ ਸੀ ਤੁਸੀਂ ਇਹ ਮੁੱਦਿਆਂ ਨਾਲ ਮੁਖਾਤਿਬ ਹੋਏ ਹੋ ਹਾਂਜੀ ਹਾਂਜੀ ਤਾਂ ਉਹਦੇ ਵਾਸਤੇ ਤਾਂ ਫਿਰ ਇਹ ਬਿੱਲ ਉਹਨਾਂ ਵਾਸਤੇ ਤਾਂ ਹੈ ਹੀ ਨਹੀਂਗਾ ਮੈਂ ਮਾਰਕੀਟ ਦੇ ਡਿਕਟਰਾਂ ਨਾਲ ਇਹ ਤਾਂ ਬਹੁਤ ਮਿਨਿਊਡ ਪੋਪੂਲੇਸ਼ਨ ਵਾਸਤੇ ਹੈ ਜਿਹੜੀ ਇਨਕਮ ਟੈਕਸ ਪੇਇੰਗ ਆ ਤੇ ਆਰਗੇਨਾਈਜ਼ ਸੈਕਟਰ ਆ ਹਾਂਜੀ ਤੇ ਇੱਕੋ ਹੀ ਮੈਨੂੰ ਚੰਗੀ ਗੱਲ ਲੱਗੀ ਸੀ ਪ੍ਰਾਈਵੇਟ ਸੈਕਟਰ ਦੇ ਵੀ EMPLOYEES ਨੂੰ ਉਹ ਜੀ ਮਤਲਬ ਦੇ ਕੈਨ ਇਨਵੈਸਟ ਇਫ ਦੇ ਵਾਂਟ ਜੀ ਪਰ ਅ ਹਾਲਾਂਕਿ ਇਹਦੇ ਤੇ ਸੰਦੇਹ ਹੋ ਸਕਦੇ ਆ ਬਹੁਤ ਹੋ ਸਕਦੇ ਆ ਪਰ ਫੇਰ ਵੀ ਇੱਕ ਜਿਹੜੀ ਇੱਕ ਵੈਲਫੇਅਰ ਵਾਲੀ ਜਾਂ ਸੋਸ਼ਲ ਸਿਕਿਉਰਿਟੀ ਰਿਸਪੌਂਸਿਬਿਲਟੀ ਲੈਣ ਵਾਲੀ ਸਰਕਾਰ ਦੀ ਗੱਲ ਹੈਗੀ ਆ ਉਹ ਉਹਦੇ ਵਿੱਚ ਇੱਕ ਮਾਣਾ ਤਾਂ ਹੈਗਾ ਜੀ ਕਿਉਂਕਿ ਨਿਊ ਲਿਬਰਲ ਫਾਰਮਸ ਨਾਲ ਆਪਾਂ ਪਹਿਲਾਂ ਹੀ ਰਿਸਕ ਸਸੈਸਟੀਬਿਲਿਟੀ ਵਿੱਚ ਤਾਂ ਰਹਿ ਰਹੇ ਆ ਪਰ ਜੇ ਫੇਰ ਵੀ ਕਿਸੇ ਤਰੀਕੇ ਨਾਲ ਭਾਵੇਂ ਲੋਅਰ ਲੇਵਲ ਤੇ ਵੀ ਹੈਗੀ ਆ ਜੇ ਉਹ ਕਿਸੇ ਤਰ੍ਹਾਂ ਦੀ ਇੱਕ ਸਿਕਿਉਰਿਟੀ ਕਵਰ ਮਿਲ ਰਿਹਾ ਤਾਂ ਇਹ ਇੱਕ ਸਵਾਗਤ ਵਾਲਾ ਕਦਮ ਹੈ ਮੇਰੇ ਵਾਸਤੇ ਜੀ ਤੇ ਉਹ ਇਹ ਸਿੱਧੀ ਸਿੱਧੀ ਗੱਲ ਆ ਕਿ ਜਿੰਨਾ ਅਨਾਰਗਨਾਈਜ਼ ਲੇਬਰ ਆ ਤੇ ਬਹੁਤ ਬਹੁਤ ਜ਼ਿਆਦਾ ਅਨਾਰਗਨਾਈਜ਼ਡ ਹੋ ਚੁੱਕਿਆ ਜਿਹੜੇ ਪਰਫਾਰਮ ਦੇ ਬਾਅਦ ਤਾਂ ਉਹਨਾਂ ਵਾਸਤੇ ਦੇ ਬਹੁਤ ਘੱਟ ਮਾਣੇ ਨੇ ਜੀ ਤੇ ਉਹਦੇ ਵਾਸਤੇ ਤਾਂ ਕੋਈ ਵੱਖਰੀ ਤਰ੍ਹਾਂ ਦੀਆਂ ਪਾਲਿਸੀਆਂ ਵੀ ਬਣਣਗੀਆਂ ਤਾਂ ਉਹ ਕੰਮ ਮੈਮ ਜਦੋਂ ਆਪਾਂ ਗੱਲ ਕਰਦੇ ਹਾਂ ਸਮਾਜਿਕ ਸੁਰੱਖਿਆ ਦੀ ਤੇ ਸਾਡੇ ਮੁਲਕ ਦੇ ਵਿੱਚ ਜਦੋਂ ਸਮਾਜਿਕ ਸੁਰੱਖਿਆ ਦੇ ਨਾਂ ਦੇ ਉੱਤੇ ਕਿਹੇ ਬਿਲ ਬਣਾਇਆ ਜਾਂਦਾ ਤੇ ਕਿਤੇ ਇਹ ਨਹੀਂ ਲੱਗਦਾ ਕਿ ਵੀ ਜਿਹੜਾ ਤਬਕਾ ਬੋਲਦਾ ਹੈ ਜਿਹੜਾ ਤਬਕਾ ਮੰਗਦਾ ਹੈ ਕੋਈ ਚੀਜ਼ ਉਸੇ ਨੂੰ ਸੰਬੋਧਿਤ ਕਰਕੇ ਤੁਸੀਂ ਬਣਾਓ ਆਪਣਾ ਜਿਹੜਾ ਕਾਨੂੰਨ ਹੈ ਤੇ ਉਹ ਜੋ 10 12 15 ਫੀਸ ਦੀ ਜੋ ਉਹੋ ਵਾਲਾ ਤਤਕਾ ਹੈ ਉਹਦੀ ਹੀ ਸੁਰੱਖਿਆ ਸਮਾਜਿਕ ਸੁਰੱਖਿਆ ਹੋਗੀ ਬਾਕੀ ਇਹਨੂੰ ਸਮਾਜਿਕ ਸੁਰੱਖਿਆ ਤੁਸੀਂ ਵੈਸੇ ਪੂਰੇ ਸਮਾਜ ਲਈ ਕਿਵੇਂ ਕਹਿੰਗੇ ਉਹ ਬਿਲਕੁਲ ਨਹੀਂ ਹੈ ਪੂਰੇ ਸਮਾਜ ਲਈ ਕਿਸੇ ਤਰ੍ਹਾਂ ਦੀ ਵੀ ਸੁਰੱਖਿਆ ਨਹੀਂ ਹੈ ਜਿਹੜੇ ਆਲਰੇਡੀ ਮਤਲਬ ਆਪਣੇ ਆਪ ਨੂੰ ਕਿਉਂਕਿ ਉਹ ਆਰਗੇਨਾਈਜ਼ ਸੈਕਟਰਸ ਨੇ ਉਹ ਸੁਰੱਖਿਅਤ ਹੈ ਉਹਨਾਂ ਦੀ ਨੌਕਰੀ ਵੀ ਸੁਰੱਖਿਅਤ ਹੈ ਤੇ ਉਹਨਾਂ ਨੂੰ ਇਹਨਾਂ ਕੋਈ ਇਸ ਨਵੇਂ ਬਿੱਲ ਦੇ ਵਿੱਚੋਂ ਕੋਈ ਜ਼ਿਆਦਾ ਫਾਇਦਾ ਹੋਣ ਵਾਲਾ ਉਹਨਾਂ ਨੂੰ ਵੀ ਨਹੀਂ ਹੈ ਦੂਸਰਾ ਇਹ ਵੀ ਕਾਫੀ ਭਰਮਪੁਖੇਖਾ ਪਾਉਣ ਵਾਲਾ ਮੈਨੂੰ ਬਿੱਲ ਲੱਗਦਾ ਹੈ ਇਨ ਦਾ ਸੈਂਸ ਕਿ ਕਹ ਤੁਸੀਂ ਇਹ ਨੇ ਉਹ ਮੈਂ ਤਾਂ ਸਮਾਜਿਕ ਸੁਰੱਖਿਆ ਤੁਹਾਡੀ ਕਰਨੀ ਹੈ ਲੇਕਿਨ ਉਹ ਤੁਹਾਡੀਆਂ ਡਾਂਗਾ ਤੁਹਾਡੇ ਸਿਰ ਪੈਸੇ ਤੁਸੀਂ ਹੀ ਦਿਓ ਜੀ ਸਰਕਾਰ ਨੇ ਕੁਝ ਲੈਣ ਦੇਣਾ ਨਹੀਂ ਆਪ ਸਰਕਾਰ ਲੰਬੇ ਹੋ ਕੇ ਬੈਠ ਬੈਠ ਰਹੀ ਹੈ ਇਸ ਵਿੱਚ ਤੁਸੀਂ ਕੰਟ੍ਰਿਬਿਊਟ ਕਰੋ ਹਮ ਮ 12 ਨੂੰ ਆਇਆ ਨੇ ਪੈਸਾ ਤੁਹਾਡੇ ਤੁਹਾਡੇ ਪੈਸੇ ਤੇ ਚਾਟ ਕਰਨ ਦੀ ਗੱਲ ਹੋ ਗਈ ਕਿ ਜਿਵੇਂ ਅਸੀਂ ਪੈਸੇ ਦੇ ਕੇ ਇੱਥੇ ਜਿਹੜੇ ਪ੍ਰਾਈਵੇਟ ਸਕਿਉਰਿਟੀ ਏਜੰਸੀਜ਼ ਤੋਂ ਲਿਆ ਕੇ ਆਪਣੇ ਦਰਵਾਜ਼ਿਆਂ ਤੇ ਗਾਰਡ ਖੜੇ ਕਰਦੇ ਆ ਗਾਰਡ ਖੜੇ ਕਰ ਦਿੰਦੇ ਆ ਜੀ ਇਸੇ ਤਰ੍ਹਾਂ ਇਹ ਹੈ ਕਿ ਇਹਦੇ ਵਿੱਚ ਜਿਵੇਂ ਬਾਕੀ ਉਸ ਵਿੱਚੋਂ ਵੀ ਸਰਕਾਰ ਪਿੱਛੇ ਵੱਲ ਨੂੰ ਹੀ ਹੋਈ ਹੋਈ ਹੈ ਨਾ ਉਹਨੇ ਵਿਦਿਆ ਦੇ ਖੇਤਰ ਵਿੱਚ ਕੁਝ ਕਰਨਾ ਦੀ ਜ਼ਿੰਮੇਵਾਰੀ ਆਪਣੀ ਖਤਮ ਕੀਤੀ ਹੋਈ ਹੈ ਸਿਹਤ ਵਾਰੇ ਪੱਖੋਂ ਵੀ ਸਮਾਜ ਦੀ ਸਿਹਤ ਬਾਰੇ ਕੋਈ ਚਿੰਤਾ ਨਹੀਂ ਸਮਾਜ ਦੀ ਸੁਰੱਖਿਆ ਦੀ ਚਿੰਤਾ ਵੈਸੇ ਸਰਕਾਰ ਨੂੰ ਹੈ ਨਹੀਂ ਹੈ ਇਹ ਸਲੋਗਨ ਬੜਾ ਅੱਛਾ ਹੈ ਕਿ ਅਸੀਂ ਤੁਹਾਡੀ ਸੁਰੱਖਿਆ ਕਰਨ ਦੇ ਲਈ ਇਹ ਬਿਲ ਅਸੀਂ ਪਾਸ ਕਰ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਕੋਈ ਕਨਵਿੰਸ ਕਰੇਗਾ ਆਮ ਜਨਤਾ ਨੂੰ ਦੇਖੋ ਆਮ ਜਨਤਾ ਵਾਸਤੇ ਤਾਂ ਬਿਲ ਹੈ ਨਹੀਂ ਅਸੀਂ ਬੜੀ ਡਾਈਵਰਸ ਕਿਸਮ ਦੀ ਸੋਸਾਇਟੀ ਹੈ ਫਾਈਨੈਂਸ਼ੀਅਲ ਸਪੀਕਿੰਗ ਜੀ ਰਿਚ ਤੋਂ ਰਿਚ ਲੋਕ ਵੀ ਇੰਡੀਆ 'ਚ ਹੀ ਰਹਿੰਦੇ ਆ ਤੇ ਪੂਰ ਤੋਂ ਪੂਰ ਵੀ ਇੰਡੀਆ ਦੇ ਵਿੱਚ ਹੀ ਰਹਿੰਦੇ ਆ ਜੀ ਇਹ ਜਿਹੜਾ ਬਿਲ ਹੈ ਇਹ ਬੇਸਿਕਲੀ ਐਡਰੈਸ ਕਰਦਾ ਮੀਡਲ ਕਲਾਸ ਨੂੰ ਜੀ ਜਿਵੇਂ ਕਿ ਤੁਸੀਂ ਵੀ ਕਿਹਾ ਆਪਾਂ ਸਾਰੇ ਜਾਣਦੇ ਆ ਔਰ ਮੀਡਲ ਕਲਾਸ ਦੇ ਵਿੱਚ ਵੀ ਸਾਡੇ ਮੁਲਕ ਦੀ 10 ਫੀਦੀ ਆਬਾਦੀ ਨੂੰ ਜਿਹੜਾ 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 ਪੋਰੈਸਟ ਆਫ ਦਾ ਪੂਰ ਹੈ ਉਹਦੇ ਕੋਲ ਰੋਟੀ ਨਹੀਂ ਹੈ ਉਹ ਬਚਾਊਗਾ ਕਿਥੋਂ ਜੀ ਜਦ ਬਚਾਊਗਾ ਨਹੀਂ ਤਾਂ ਇਹ ਐਂਟਰ ਆ ਹੀ ਨਹੀਂ ਸਕਦਾ ਜੀ ਔਰ ਸਾਡੇ 30 40% ਆਬਾਦੀ ਐਸੀ ਹੈ ਜਿਹਦੇ ਕੋਲ ਬਚਾਉਣ ਨੂੰ ਚੁਆਨੀ ਵੀ ਨਹੀਂ ਹੈ ਜੇ ਆਪਾਂ ਇਹ ਕਹਿ ਦਈਏ ਕਿ ਜਿਹੜਾ ਜਿਹੜਾ ਬਚਾ ਨਹੀਂ ਸਕਦਾ ਉਹਨੇ ਪੈਨਸ਼ਨ ਕੀ ਕਰਨੀ ਉਹਨੇ ਉਹਨੇ ਪੈਨਸ਼ਨ ਕੀ ਕਰਨੀ ਆ ਉਹ ਤਾਂ ਵਿਚਾਰਾ ਸੜਕ ਤੇ ਬੈਠਾ ਜਿਹੜਾ ਫੁੱਟਪਾਥ ਤੇ ਬੈਠਾ ਉਹਨੂੰ ਮਤਲਬ ਬੇਤ ਮੰਤਰੀ ਇਹ ਸਾਡਾ ਕਹਿ ਰਿਹਾ ਕਿ ਜਿਹੜਾ ਬਚਾ ਨਹੀਂ ਸਕਦਾ ਉਹਨੇ ਪੈਨਸ਼ਨ ਗੱਲ ਤਾਂ ਗੱਲ ਤਾਂ ਉਹਨਾਂ ਦੀ ਕਰੋ ਹਮ ਗੱਲ ਉਹਨਾਂ ਦੀ ਕਰੋ ਜਿਹੜੇ ਬੰਦੇ ਜਿਹੜੇ ਹੈਗੇ ਬਿਲਕੁਲ ਮਾਰਜਨ ਤੇ ਰਹਿ ਰਹੇ ਆ ਜੀ ਉਹਨਾਂ ਨੂੰ ਤੁਸੀਂ ਸੋਸ਼ਲ ਸਿਕਿਉਰਿਟੀ ਦਿਓ ਜਿਨ੍ਹਾਂ ਕੋਲ ਆਲਰੇਡੀ ਸੋਸ਼ਲ ਸਿਕਿਉਰਿਟੀ ਹੈਗੀ ਹੈ ਉਹ ਜੇ ਰੋਟੀਆਂ ਦੋ ਨਹੀਂ ਇੱਕ ਖਾ ਖਾਲਿਦ ਮੈਨੂੰ ਲੱਗਦਾ ਆਪਾਂ ਇਸੇ ਨਾਲ ਗੱਲ ਕਰਦੇ ਆਂ ਮੈਂ ਸਵਾਲ ਤਾਂ ਇੱਕ ਹੋਰ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਪਰ ਫੇਰ ਕਿਸੇ ਦਿਨ ਸਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਵਾਂ ਪੈਨਸ਼ਨ ਬਿਲ ਜ਼ਿਆਦਾਤਰ ਆਬਾਦੀ ਨੂੰ ਤਕਨੀਕੀ ਪੱਖੋਂ ਜਾਂ ਕਾਨੂੰਨੀ ਪੱਖੋਂ ਤਾਂ ਆਪਣੇ ਘੇਰੇ ਵਿੱਚ ਲੈਂਦਾ ਹੈ ਪਰ ਸਮਾਜਿਕ ਸੁਰੱਖਿਆ ਪੱਖੋਂ ਆਪਣੇ ਘੇਰੇ ਵਿੱਚ ਨਹੀਂ ਲੈਂਦਾ ਇਹ ਸਰਦੇ ਪੁੱਜ ਦੇ ਤਬਕੇ ਨੂੰ ਆਪਣਾ ਬੜੇਪਾ ਸਵਾਰਨ ਦਾ ਕੁਝ ਮੌਕਾ ਤਾਂ ਦਿੰਦਾ ਹੈ ਪਰ ਅਨਸੁਰੱਖਿਆ ਬੇਰੋਜ਼ਗਾਰੀ ਅਤੇ جہਾਲਤ ਨਾਲ ਘੁੱਲ ਰਿਹਾ ਤਬਕਾ ਇਸ ਦਾ ਕੀ ਫਾਇਦਾ ਲੈ ਸਕਦਾ ਹੈ ਜੇ 88% ਦੀ ਆਬਾਦੀ ਇਸ ਦੇ ਘੇਰੇ ਤੋਂ ਬਾਹਰ ਹੈ ਤਾਂ ਇਹ ਸਮਾਜਿਕ ਸੁਰੱਖਿਆ ਕਿਵੇਂ ਹੋਈ नमस्कार सत श्री काल खुदा हाफिज़ खबर दुनिया विच आओ साडे नाल कदी भी टिकितो विच जुड़ो आपा मिलंगे फेसबुक ते असि दिखांगे यूट्यूब ते सानू फॉलो करो ट्विटर ते खबर जुड़े रहो दिन रात